ਆਲੂ ਪਿਆਜ਼, ਆਲੂ ਪਿਆਜ਼ ਠੀਕ ਟਾਈਮ ਹੈ, ਯਹਾਂ ਪੇ ਦਾਨਿਸ਼ ਹੋਤਾ ਹੈ, ਅਬਾਸ ਹੋਤਾ ਹੈ, ਫੈਸ਼ਨ ਵੀ ਹੋਤਾ ਹੈ। ਮੇਰੇ ਮੋਢੇ ਉੱਤੇ ਕਤਰਾ ਖਲੋ ਗਿਆ, ਬਬਲੂ ਬੁਖਾਰ। ਸਲਾਮ ਅਲੈਕਮ ਬਾਜ, ਸਲਾਮ ਅਲੈਕਮ ਜਨਾਬ, ਐ ਬਿਸਮਿਲਲਾ ਬਾਜ, ਠੀਕ ਟਾਈਮ ਬਾਜ। ਚਲੋ ਆਪਣੇ ਆਪਣੇ ਸਾਹਮਣੇ ਸਾਰੇ ਕਵੋ ਦੇਣਾ, ਇੰਟਰੋ ਕਰਾਓ ਜਿੱਦਾਂ ਵੀ ਅਸਲਾਮ ਵਾਲੇਕੁਮ ਭਾਜ, ਇਹ ਟੀ ਟਾਈਮ ਭਾਜ, ਇਹ ਮੇਰੇ ਨਾਲ ਭਾਜ, ਇੰਜ ਕਰਾਓ ਤੁਸੀਂ, ਕਰਾਓ ਪਹਿਲੇ ਦਿਨ। ਚਲੋ ਅਸਲਾਮ ਵਾਲੇਕੁਮ ਭਾਜ, ਇਹ ਛੋਟੇ ਵੀਰ ਦਾ ਟੀ ਟਾਈਮ ਭਾਜ। ਬਸ ਚੱਲ ਇਹ ਕਾਲਾ ਲੂਣ ਲਾ ਕੇ ਟੀ ਟਾਈਮ ਏ, ਤੀਆਂ ਦੇ ਦੋ ਪਜਾਮਾ ਦੇ ਚਾਰ ਟੀ ਟਾਈਮ ਏ, ਇਹ ਪੇੜੇ ਬਾਗਾਂ ਦੇ ਟੀ ਟਾਈਮ ਏ, ਪੇੜੇ ਬਾਗਾਂ ਦੇ, ਇਹ ਬਾਗਾਂ ਦੇ ਨਜ਼ਾਰਿਆਂ ਦੇ ਟੀ ਟਾਈਮ ਏ, ਇਹ ਛੋਟੇ ਵੀਰ ਦਾ ਟੀ ਟਾਈਮ, ਇਹ ਛੋਟੇ ਭਰਾ ਦਾ ਟੀ, ਛੋਟੇ ਵੀਰ ਦਾ ਸੋਹਣਾ ਲਵਾ। ਅੱਛਾ ਜੀ, ਹਾਂਜੀ ਕੱਪੜਿਆਂ ਬੂਟਾਂ ਤੋਂ ਟੀ ਟਾਈਮ, ਸਾਡੇ ਇੱਕ ਸਾਡੇ ਉਹਨਾਂ ਦਾ ਸੀ ਇਹ ਸਬਜ਼ੀ ਵੇਚਣ ਵਾਲਾ, ਉਹ ਜਿਹਦੀ ਮੈਂ ਤੁਹਾਨੂੰ ਦੱਸਿਆ ਕਿ ਉਹਦੀ ਸਾਰੀ ਸਬਜ਼ੀਆਂ ਦੀ ਸਮਝ ਹੁੰਦੀ ਸੀ, ਆਖਰੀ ਦੀ ਕਦੀ ਸਮਝ ਨਹੀਂ ਆਈ ਵੀ ਉਹਨੇ ਕੀ ਕਹਿੰਦਾ, ਮਤਲਬ ਕਿ ਉਹ ਜਾਨਵਰ ਸਬਜ਼ੀ ਤੋਂ ਆਦ ਲਾਉਂਦਾ ਆਲੂ ਲੈ, ਇਹ ਹੁਣ ਪੌਜ਼ ਆ, ਆਹ ਤੁਹਾਨੂੰ ਪਤਾ ਲੱਗਦਾ ਯਾਰ ਸੁਰ ਚ ਬੰਦਾ ਆਲੂ ਲੈ, ਤੀਨ ਦਾ ਲੈ ਕੁਛ ਇੱਦਾਂ ਕਰਦਾ ਉਸਤਾਦ, ਉਹਦੀ ਸਮਝ ਨਹੀਂ ਚੱਲਦੀ ਉਸਤਾਦ ਜੀ, ਜਾਨਵਰ ਸਾਡੀ ਗੱਲ ਜੀ, ਇਹ ਸਲਾਮ ਆ ਠੀਕ ਟਾਈਮ, ਸਾਡੀ ਗਲੀ ਨੇ ਬਾਬਾ ਸਬਜ਼ੀ ਵੇਚਦਾ ਸੀ, ਤਾਜੀ ਉਹਨੇ ਹੌਲੀ ਦੇ ਕਹਿਣਾ ਸੀ, ਉਹਨੇ ਕਹਿਣਾ ਆਲੂ ਪਿਆਜ਼, ਆਲੂ ਪਿਆਜ਼ ਕਿੱਦਾਂ ਕਿੱਦਾਂ
ਆਲੂ ਪਿਆਜ਼ ਆਲੂ ਪਿਆਜ਼ ਨੀ ਕਿਹਾ ਜੀ ਜੀ ਫਰੀਦ ਸਾਹਿਬ ਫਰੀਦ ਸਾਹਿਬ ਰਹਿ ਗਏ ਜੀ ਸਾਡੇ ਨਾਲ ਸਾਡੇ ਨਾਲ ਉਮੀਦ ਕਰਦੇ ਹੋ ਤੁਸੀਂ ਸਭ ਖਰੀਦਣਾ ਹੋਵੋਗੇ ਉਮੀਦ ਕਰਦੇ ਹੋ ਤੁਸੀਂ ਸਭ ਖੈਰੋਫੀਅਤ ਨਾਲ ਹੋਵੋਗੇ ਰੱਬ ਤੁਹਾਡੀ ਨਾਦਰੀ ਨਾ ਸਾਡਾ ਹਾਸਿਆ ਅਸੀਂ ਲੋਟ ਪੁੱਟ ਜਾਣਾ ਅਸੀਂ ਲੋਟ ਪੁੱਟ ਹੋ ਜਾਣਾ ਸਾਡਾ ਟੀ ਟੈਮ ਚ ਬੈਠੀ ਆਡੀਅੰਸ ਰੋਟੀਆਂ ਲੈ ਬੈਠੀ ਆਡੀਅੰਸ ਰੋਟੀਆਂ ਲੈ ਕੇ ਬੈਠੀ ਆਡੀਅੰਸ ਰੋਟੀਆਂ ਲੈ ਕੇ ਪ੍ਰੋਗਰਾਮ ਲੇਟ ਹੋਵੇ ਤੇ ਜਾਣ ਖਾ ਲੈਂਦੇ ਕਹਿ ਕਹਿ ਕੇ ਕਿਉਂ ਨਹੀਂ ਆਇਆ ਅੱਜ ਦਾ ਟੀ ਟੈਮ ਜਾਨੀਆਂ ਕਿਉਂ ਨਹੀਂ ਆਇਆ ਅੱਜ ਦਾ ਟੀ ਟੈਮ ਜਾਨੀਆਂ ਅਸੀਂ ਫਿਰ ਸੌ ਜਾਣਾ ਉਂਝੀ ਸੌ ਜਾਣਾ ਸਾਡਾ ਦਾਨਿਸ਼ ਹੋਤਾ ਹੈ ਅਬਾਸ ਹੋਤਾ ਹੈ ਫੈਸ਼ਨ ਵੀ ਹੋਤਾ ਹੈ ਸਾਜੀ ਉਹ ਜਿਹੜਾ ਸੀ ਮਲੰਗੀ ਜਿਹੜਾ ਮਨਸੂਰ ਮੈਂ ਐਂਕਰ ਥੋੜਾ ਹੱਸ ਲੀਜੀਏ ਅਭੀ ਮੈਨੇ ਆਪਕੋ ਵੀ ਕਹਾ ਹੈ
ਆਪਣੇ ਮੈਂ ਕਰ ਮੇਰੇ ਸਾਥ ਫੈਸਲ ਮੇਰੇ ਸਾਥ ਫੈਸਲ ਫੈਸਲ ਕੇ ਸਾਥ ਦਾਨਿਸ਼ ਦਾਨਿਸ਼ ਕੇ ਸਾਥ ਬੈਠਾ ਮਿੱਠੇ ਕੇ ਸਾਥ ਅਬਾਸ ਅਬਾਸ ਕੇ ਸਾਥ ਹਮ ਹਮ ਹਸੇ ਹਮ ਹਸੇ ਹਮ ਹਸੇ ਹਮ ਹਸੇ ਹਮ ਕਿਉਂ ਨਹੀਂ ਹਸੇ ਹਮ ਕਿਉਂ ਨਹੀਂ ਹੈ ਕਿਉਂਕਿ ਕਿਉਂਕਿ ਟੀਟਰ ਹੈ ਮੈਂ ਮਰਾਸੀ ਯਾਰ ਸੱਚੀ ਮੈਂ ਮਰਾਸੀ ਮੇਰਾ ਨਾਮ ਫਰੀਦ ਸਾਬਰੀ ਮੇਰਾ ਪਿੰਡ ਲਾਇਆਬਾਦ ਯੇ ਕਿਆ ਹੈ ਯੇ ਦੋ ਹੈ ਯੇ ਦੋ ਯੇ ਹੈ ਯੇ ਤੀਨ ਹੈ ਯੇ ਮਾਜਰਾ ਹੈ ਯੇ ਕਿਆ ਹੈ ਯੇ ਸ਼ਕਲ ਹੈ ਯੇ ਕੁਪੀ ਕੁਟੀ ਹੈ ਯੇ ਕਿਆ ਹੈ ਯੇ ਬਕਵਾਸ ਹੈ ਕਿਉਂਕਿ ਹਮ ਯੇ ਟੀ ਟੈਮ ਕਰਤੇ ਹੈ ਹਮਾਰੇ ਟੀ ਟੈਮ ਮੇ ਹਮਾਰੇ ਟੀ ਟੈਮ ਮੇ ਆਪ ਹੈ ਹਮ ਹੈ ਆਪ ਹੱਸਤੇ ਹੈ ਹਮ ਖਾਤੇ ਹੈ ਹਮ ਪੀਤੇ ਹੈ ਹਮਾਰੇ ਸਾਥ ਆਤਾ ਹੈ ਕਿਉਂਕਿ ਕਿਉਂਕਿ ਯੇ ਹੈ ਟੀ ਟੈਮ ਹੈ ਯੇ ਹੈ ਟੀ ਟੈਮ ਹੈ ਯੇ ਹੈ ਟੀ ਟੈਮ ਹੈ ਨਾਜ਼ਰੀਨ ਟੀ ਟਾਈਮ ਖੁਸ਼ਾਮਦੀਦ ਹੈ ਤੂੰ ਕਹੇ ਤੋ ਹਮ ਆਪਕੋ ਹਸਾਓ ਤੁਮ ਕਹੋ ਤੋ ਰੁਲਾਓ ਸਾਜੀ ਸ਼ਰੀਫ ਰਾਗੀ ਸਾਹਿਬ ਜਿਹੜੇ ਨੇ ਇਹ ਟੋਕਰਾ ਟੋਕਰਾ ਗੋਹਾ ਕਰਦੀ ਆ ਦੱਸ ਸ਼ਰੀਫ ਰਾਗੀ ਤੇਰੀ ਕਹਿੰਗ ਕੀ ਆਦੀ ਟੀਟਾ ਵਾਲੇ ਤੇਰਾ ਕੋਲ ਕੋਲ ਹੋ ਜਾਓ ਜੇ ਕਿਸੇ ਨੇ ਟੀਟਾ ਵੇਖਣਾ ਸੁਣ ਮੈਂ ਵੇਖਣਾ ਇੱਥੇ ਬਾਈਓ ਨੇ ਤੇ ਫਿਰ ਤੈਨੂੰ ਸਰਦ ਲੱਗਾ ਇਹ ਕਿਸੇ ਨੇ ਟੀਟਾ ਵੇਖਣਾ ਇੱਥੇ ਬਾਈਓ ਨੇ ਤੇ ਫਿਰ ਅੰਦਰ ਨੂੰ ਸਰਦ ਲੱਗਾ ਵਾਹ ਰੇ ਵਾਹ ਯਾਰ ਤਾਂ ਵਾਹ ਲੋ ਜੀ ਨਾਜ਼ਰੀਨ ਤੁਹਾਨੂੰ ਕਸਮ ਲੱਗੇ ਮੇਰੇ ਇਸ ਬਾਲ ਤੋਂ ਬਾਅਦ ਫੌਰਨ ਮੋਬਾਈਲ ਫੜ ਲਓ ਜਾਂ ਜਿੱਥੇ ਵੀ ਕਮੈਂਟ ਕਰਨਾ ਇੰਜ ਦਾ ਸ਼ੋਅ ਕਦੀ ਵੇਖਿਆ ਤੁਸੀਂ ਕਦੀ ਅਗਲੀ ਗੱਲ ਬਾਅਦ ਚ ਕਰਨੀ ਸ਼ੋਅ ਬਾਅਦ ਚ ਵੇਖਣਾ ਹੋਊ ਸਭ ਤੋਂ ਪਹਿਲੇ ਹੁਣੇ ਕਮੈਂਟ ਵਾਹ 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 ਦੇਖਿਆ ਕਦੀ ਦੇਖਿਆ ਇੰਜ ਦਾ ਕੀ ਹੋ ਰਿਹਾ ਤੁਹਾਨੂੰ ਨਹੀਂ ਸਾਨੂੰ ਵੀ ਨਹੀਂ ਸਮਝ ਆ ਰਹੀ ਆਏ ਫਲੋ ਬਣਿਆ ਬਸ ਹਾਂਜੀ ਉਸਤਾਦੀ ਮਨਸੂਰ ਮਲੰਗੀ ਰਹਿ ਗਏ ਉਹ ਭਰਾਵਾ ਕਿਤੇ ਸ਼ਾਮ ਨੂੰ ਲੱਗਾ ਟੀਟੇ ਮੇ ਨਹੀਂ ਨਹੀਂ ਉਹ ਵੀ ਸਾਜੀ ਹਾਜੀ ਮੈਂਗੋ ਜੂਸ ਟੀਟਾ ਉਹ ਦਿਲ ਸਾਡੇ ਕਿੰਨੇ ਬੋਰ ਨੰਗੇ ਜਦੋਂ ਆ ਕਬ ਟੀ ਟਾਈਮ ਤੋਂ ਨਾ ਸਾਂ ਤੁਸੀਂ ਵੀ ਟੀ ਟਾਈਮ ਦਾ ਕੁਛ ਕਹਿ ਰਹੇ ਨਹੀਂ ਭਾਈ ਫਰੀ ਤੱਕ ਰਹੀ ਮਹਿੰਦੀ ਹਜ਼ਰ ਸਾਹਿਬ ਕਰਨ ਤਾਂ ਯਾਰ ਸਹੀ
ਹਸਨੇ ਮੁਸਕੁਰਾਨੇ ਕੇ ਲੀਏ ਆ ਟੀਟੇ ਹੀ ਓ ਵੱਡਾ ਕੰਮ ਅਫਰੀਦ ਕੀ ਫਿੱਕੀ ਜੁਗਤੇ ਸੁਹਨੇ ਕੇ ਲੀਏ ਆ ਕਿਸ ਕਿਸ ਕੋ ਸੁਣਾਏਂਗੇ ਵਾਹ ਕਿਆ ਬਾਤ ਹੈ ਫਰੀਦ ਕੇ ਚਾਚੇ ਕਾਮ ਕਿਸ ਕਿਸ ਕੋ ਆਪਣੇ ਕੰਮ ਚ ਕੰਮ ਲੈ ਚਾਚੇ ਸਾਡੇ ਕੋਲ ਟੀ ਟਾਈਮ ਦਾ ਕਹਿਣ ਦੇ ਵਿੱਚ ਲੋਚਦਾ ਉਹ ਆਸਾ ਫਸਲ ਮੁਸਤਾਜੀ ਜਿਹੜਾ ਆਸਾ ਓਏ ਆਸਾ ਓਏ ਆਸਾ ਓਏ ਗੋਰਾ ਲਾਲੇਗਾ ਟਾਈਮ ਕੀ ਬਾਕੀ ਹੈ ਲੈ ਟੀ ਟਾਈਮ ਸਾਡਾ ਟੀਟਾਂ ਟੀਟਾਂ ਦੇ ਵਿੱਚ ਮਿੱਠਾ ਨਾਲ ਵੈਸਲ ਵੈਸਲ ਦੇ ਨਾਲ ਦਾਨਿਸ਼ ਦਾਨਿਸ਼ ਦੇ ਨਾਲ ਲਬਾਸ ਕਾਲੂ ਫਰੀਦ ਤੇ ਮੈਂ ਟੀਟਾਂ ਆ ਓਕੇ ਡੈਂਜਰਸ ਉਹ ਗੈਂਜਰਸ ਮੈਨੂੰ ਟੀ ਟਾਈਮ ਜੇ ਆ ਸੋਹਣਾ ਕੋਈ ਲੱਗਦਾ ਬੈਠੀ ਬੈਖਾਂ ਸੂਬਾ ਸ਼ਾਮ ਰੂ ਰੱਜ ਦਾ ਨਾ ਮੈਨੂੰ ਟਾਈਮ ਜੇ ਸੋਹਣਾ ਕੋਈ ਨਹੀਂ ਸਾਜੀ ਉਹ ਕੀ ਅਲੀ ਅਜ਼ਮਤ ਆ ਜੋ ਕਵੇ ਹਸਾ ਦਿਆ ਮੁਝੇ ਦੇਖਨੇ ਕੀ ਪਿਆਸ ਨੇ ਫਨਾ ਪਨਾ ਮੈਂ ਹਸਤਾ ਚਲਾ ਗਿਆ ਦਾਨਿਸ਼ ਦਾ ਨੂੰ ਪਿਛਾ ਗਿਆ ਬਣਾ ਕਿਆ ਮਿਠੇ ਤੇਰੀ ਬੇਵਾ ਹਸੀ ਨੇ ਬਣਾ ਦੂਨਾ ਦੂਨਾ ਨਾ 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 ਇੱਥੋਂ ਕਿਤੋਂ ਟੀ ਟਾਈਮ ਚ ਬਹਿਣ ਲੱਗੇ ਫਰੀਦ ਨੇ ਅਮੀ ਜੀ ਸਾਥ ਵਾਲੇ ਨੇ ਨਾ ਟੀ ਟਾਈਮ ਲਗਾਇਆ ਹੈ ਅੱਛਾ ਬੇਟੇ ਕੱਲ ਸੇ ਹਮ ਵੀ ਲਗਾਏਗੇ ਆਜ ਸੇ ਯਾਦ ਹੈ ਦੂਰ ਲੈ ਜਾਣਾ ਫਿਰ ਪਾਪਾ ਟੀ ਟਾਈਮ ਲੈ ਕੇ ਘਰ ਆਉਣਾ ਮਜ਼ੇ ਮਜ਼ੇ ਕਾ ਟੀ ਟਾਈਮ ਮੁਝਕੋ ਹੈ ਜਾਨ ਸੇ ਪਿਆਰਾ ਨਹੀਂ ਕਹੋ ਟੀ ਟਾਈਮ ਸਰੂਪਰ ਟੀ ਟਾਈਮ ਸਰੂਪਰ ਯਾਰ ਉਹ ਨਹੀਂ ਸੁਣੀ ਅੰਮਾ ਟੀ ਟਾਈਮ ਦਿਖਾਓ ਹਮੇ ਸਿਹਤਮੰਦ ਬਣਾਓ ਯੇ ਹੈ ਟੀ ਟਾਈਮ ਕੀ ਖੂਬਸੂਰਤੀ ਤੀਨ ਸਾਲ ਹੋ ਗਏ ਡੇਲੀ ਟੀ ਟਾਈਮ ਹੋਤੇ
आज जो कुछ हो रहा है वो इससे पहले कभी नहीं हुआ, ये है टी टाइम। कैसी बात है सजाद का टी टाइम। ਤੋਪ ਨੂੰ ਲੱਤ ਮਾਰਦਾ ਖੈਬਰ ਸਿੰਘ ਕਸ਼ਮੀਰ ਤੱਕ ਮੈਂ ਮਸ਼ਹੂਰੀਆਂ ਨੇ ਰਹੀ ਜਾਣਾ, ਨਹੀਂ ਤਾਂ ਮੈਂ ਤੇਰੀ ਵੀ ਦੱਸ ਦੇਣੀ ਸੀ। ਗਾਣੇ ਵਸੀਮ ਭਾਈ ਆਪ ਸਕਤੇ ਰਹੀ, ਮੈਂ ਟੀ ਟੈਮ ਨਹੀਂ ਦੇਖਤਾ। ਨਹੀਂ ਨਹੀਂ ਤੂੰ ਕਹਿ ਵਸੀਮ ਸਾਹਿਬ ਨੇ ਕਹੇ ਵਸੀਮ ਭਾਈ ਆਪ ਉਦਾਸ ਕਿਉਂ ਰਹਿਤੇ ਹੈ, ਕਹਿੰਦਾ ਮੈਂ ਟੀ ਟੈਮ ਨਹੀਂ ਦੇਖਤਾ। ਮੱਛਰ ਵੀ ਸਾਡੀ ਮਸ਼ਹੂਰੀ ਰਹਿੰਦੇ ਆ ਕਿਹੜੇ ਛਲਾ ਕਹਿੰਦਾ ਬਹੁਤ ਸੁਣਦਾ ਨਾ ਜਾਣਾ, ਉਹਨਾਂ ਨੇ ਟੀ ਟੈਮ ਲਗਾਇਆ ਹੋਇਆ। ਉਹ ਨਹੀਂ ਹੁਣ ਇਤਫਾਕ ਹੋ ਗਿਆ, ਕਹਿੰਦਾ ਚਲੋ ਉਸਤਾਦ ਟੀ ਟੈਮ ਦੇਖਣੇ ਚੱਲੇ। ਸਾਰਿਆਂ ਨੇ ਕਹਿਣਾ ਜਾਨੀ ਟੀਮ, ਜਾਨੀ ਟੀਮ ਅੱਛੀ ਹੈ ਜਾਨੀ ਟੀਮ, ਠੀਕ ਹੈ ਨਾ। ਚਲੋ 1 2 3 ਚਾਹਤ ਪਤੇ ਲਈ ਨਹੀਂ ਨਾ ਤੁਸੀਂ ਦੌੜਾ ਕਿਹੜਾ ਦੌੜਾ ਜਾਨੀ ਸੈਗਮੈਂਟ ਹੈ ਬੜੇ ਹੀ ਪਿਆਰੇ ਟੀ ਟੈਮ ਦੇਖੇ ਉਹ ਮਿਲ ਕੇ ਸਾਰੇ ਲੋਟ ਪੋਟ ਤੁਮ ਹੋ ਜਾਓਗੇ ਕਰ ਲੋ ਮੇਰਾ ਯਕੀਨ ਜਾਨੀ ਟੀਮ ਜਾਨੀ ਟੀਮ ਅੱਛੀ ਹੈ ਜਾਨੀ ਟੀਮ ਜਾਨੀ ਕਾਟੀ ਟੈਮ ਦੇਖਾ ਤੋ ਐਸਾ ਲਗਾ ਇੱਕ ਸੇ ਇੱਕ ਵੱਧ ਹੋ ਸਾਰੇ ਜੈਸੇ ਅਰਸ਼ੋ ਸੇ ਉਤਾਰੇ ਜੈਸੇ ਬਸ ਬਈ ਟੀ ਟੈਮ ਵੇ ਕੁੱਟੀ ਕੁੱਪੀ ਜੈਸੇ ਪੁਰਾਣਾ ਡੱਡੂ ਜੈਸੇ ਖਰਾਬ ਫਲੂਟਰ ਜੈਸੇ ਛੋਟਾ ਛਾਪਰ ਜੈਸੇ ਵੱਟੀ ਮੱਖੀ ਜੈਸੇ। ਯਾਰਾ ਕੀ ਗਾਣੇ ਨਹੀਂ ਗਾਉਂਦੇ ਟੀ ਟੈਮ ਦਾ ਜ਼ਿਕਰ ਆਵੇ ਵਿੱਚ, ਉਹ ਮਸ਼ਹੂਰੀਆਂ ਵੀ ਜਿਹੜੀ ਉਹ ਮਸ਼ਹੂਰੀ ਨਹੀਂ ਬਣੀ ਹੈਗੀ। ਮਿੱਠਾ ਕਰਤਾ ਹੈ ਚੰਨ, ਦਾਨਿਸ਼ ਕਰਤਾ ਹੈ ਚੰਨ ਚੰਨ, ਔਰ ਕਾਲੂ ਔਰ ਅਬਾਸ ਕਰੇ ਕਾਲੂ ਔਰ ਅਬਾਸ ਕਰਤੇ ਹੈ ਚੰਨ ਚੰਨ, ਫਰੀਦ ਕਰਤਾ ਹੈ ਚੰਨ ਬਕ, ਫੈਦਰ ਕਰਤਾ ਹੈ ਬਕ ਬਕ, ਮਿੱਠਾ ਕਰਦਾ ਹੈ ਬਕ 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 ਬਕ। ਉਸਤਾਦ ਜੀ ਬੜੀ ਅੱਛੀ ਮਸ਼ਹੂਰੀ ਬਣੀ ਆਪਣੇ ਟੀ ਟਾਈਮ ਤੇ, ਪਹੁੰਚਾਓ ਕਮਾਂਡਰ ਟੀ ਟਾਈਮ ਆ ਗਿਆ। ਉਹ ਤੁਸੀਂ ਉਹ ਨਹੀਂ ਵੇਖੀ ਫਿਰ, ਜਹਾਂ ਮਾਮਤਾ ਵਹਾਂ ਟੀ ਟਾਈਮ, ਮੇਰਾ ਟੀ ਟਾਈਮ। ਯਾਰ ਇੱਕ ਬੰਦਾ ਬੋਤਲ ਪੀ ਕੇ ਨਾ ਕਹਿੰਦਾ ਟੀ ਟਾਈਮ ਕਾ ਝਟਕਾ, ਟੀ ਟਾਈਮ ਲਗਾਇਆ ਤੋਂ ਬਾਅਦ ਬਣੀ।
देखो मैंने देखा है ये एक टी टाइम शुगल से भरा है हमारा ये टी टाइम देखा मेरे मैं लावा 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 टी टाइम लाला ਜਦੋਂ ਸੋਵਾਂ ਮਾਹੀ ਦੇ ਨੇੜੇ ਹੋਵਾਂ ਉਹ ਟੀ ਟਾਈਮ ਵੇਖਦਾ ਇਹ ਬਹੁਤ ਜਾਣੀਆਂ ਦੀ ਸ਼ਿਕਾਇਤ ਆ ਇਹ ਤੂੰ ਬਹੁਤ ਜਾਣਿਆਂ ਦੀ ਦਰਦ ਦੀ ਅਕਾਸੀ ਕਰ ਗਈ ਉਹ ਨਸ਼ੇ ਦੀਆਂ ਬੋਤਲੇ ਨਾ ਇਹਨਾਂ ਟੀਟਾਂ ਤੱਕ ਨਹੀਂ ਇਹਨਾਂ ਦੇ ਇੱਕੋ ਜੁਗਤ ਨਾਲ ਜਾਵੇਂਗੇ ਤੂੰ ਹੱਸਨੀ ਨਸ਼ੇ ਦੀਆਂ ਬੋਤਲੇ ਚੁੱਪ ਕਰ ਦੜ ਵੱਟ ਜਾ ਟੀ ਟਾਈਮ ਦਾ ਨਕੋਲ ਖੁਲਾਸਾ ਹਾਏ ਹਾਏ ਦੁਨੀਆ ਨੇ ਰੁਲਾਇਆ ਹੈ ਬਸ ਜਾਨੀ ਨੇ ਹਸਾਇਆ ਹੈ ਆਪਣਾ ਹੈ ਟੀ ਟਾਈਮ ਸੰਗ ਤੱਕ ਨਾ ਜੀਣਾ ਹੈ ਇਹ ਕਿਆ ਮੈਂ ਹੀ ਦੇਖੂੰਗਾ ਤੂੰ ਨਹੀਂ ਦੇਖੋਗੀ ਖੁਦਾ ਮੇਰੇ ਬੂਟੀ ਟਾਈਮ ਦੇਖਦੇ ਰਹੇ ਦੌਲਤ ਵੀ ਲੈ ਲੋ ਯੇ ਸ਼ੋਹਰਤ ਵੀ ਲੈ ਲੋ ਮਗਰ ਮੁਝੇ ਟੀ ਟਾਈਮ ਦੇਖਨੇ ਹੋ ਮਗਰ ਮੁਝਕੋ ਲੌਟਾ ਦੋ ਸਜਾਦ ਜਾਨੀ ਲੋ ਜੀ ਨਾਜ਼ਰੀਨ ਹੱਸ ਲੋ ਖੇਡ ਲੋ ਬਸ ਇਹੀ ਚਾਰ ਦਿਨ ਆ ਠੀਕ ਹੈ ਜੀ ਉਹ ਵੀ ਹੱਸਦੇ ਹੋਣੇ ਛੋਟੇ ਚਾਰ ਪੰਜ ਨੇ ਅੱਠ ਨੌ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ ਹੋਣਾ ਹੁਣੇ ਮੈਂ ਗੱਲ ਸ਼ੁਰੂ ਕਰਨੀ ਨਾ ਯਾਰ ਸਾਡੇ ਮੁਲਕ ਦਾ ਕੀ ਬਣ ਰਿਹਾ ਤੂੰ ਉਹਨਾਂ ਨੇ ਕਹਿਣਾ ਲਵਾ ਜੀ ਸ਼ੁਰੂ ਹੋ ਗਈ ਟੀ ਟਾਈਮ ਮੇਰੇ ਕਦ ਤੱਕ ਮੁਝੇ ਟੀ ਟਾਈਮ ਨਾ ਦਿਖਲਾਓਗੇ ਮੈਂ ਟੀਵੀ ਤੋੜੂ ਦੂੰਗਾ ਆਪਣਾ ਅਗਰ ਟੀ ਟਾਈਮ ਨਾ ਦਿਖਲਾਓਗੇ ਯਾਰ ਇਹ ਕੀ ਕਰਦਾ ਵੋ ਜੋ ਕਹਿਤਾ ਥਾ ਟੀ ਟਾਈਮ ਦਿਖਾ ਕੇ ਛੋੜ ਦੂੰਗਾ ਓਏ ਵੋ ਜੋ ਕਹਿਤਾ ਥਾ ਉਸਨੇ ਕਹਾ ਥਾ ਟੀ ਟਾਈਮ ਦਿਖਾ ਕੇ ਛੋੜੂੰਗਾ ਮੇਰੇ ਕੰਪਿਊਟਰ ਮੇ ਫਿਲਮੇ ਲਗਾਨੇ ਕੀ ਤਮੰਨਾ ਹੈ ਤੁਝੇ ਮੇਰੇ ਕੰਪਿਊਟਰ ਮੇ ਟੀ ਟਾਈਮ ਕੇ ਸਿਵਾ ਕੁਛ ਵਾਹ 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 ਹੈ ਟੀ ਟਾਈਮ ਕਾ ਟਾਈਮ ਫਿਰੇ ਹੈ ਇਤਰਾ ਤਾ ਹੈ ਬਾਦ ਸਭਾ ਬਾਕੀ ਚੈਨਲ ਨਾ ਦੇਖ ਹੈ ਬਾਦ ਸਭਾ ਬਾਕੀ ਚੈਨਲ ਨਾ ਦੇਖ ਯੇ ਟੀ ਟਾਈਮ ਤੋ ਕਰਤੇ ਹੈ ਤੁਝੇ ਔਰ ਹਸਾਨੇ ਕੇ ਲਈ ਹੈ ਬਾਦ ਸਭਾ ਇਹ ਟੀ ਟਾਈਮ ਨਾ ਦੇਖ ਹਾਂ ਦੀਵਾਨੇ ਸੋ ਰਹੇ ਹੈ ਟੀ ਟਾਈਮ ਦੇਖ ਕਰ ਆਹ ਵਾਹ
ਟੀ ਟਾਈਮ ਸੇ ਦੋਸਤੀ ਅੱਛੀ ਬੌਰਨ ਤੇ ਲਾਨਤ ਬੇਟੇ ਬਸ ਮੈਨੂੰ ਭੁਲਾਤਾ ਚੇਤ ਭੁਲਾਤਾ ਟੀ ਟਾਈਮ ਸੇ ਦੋਸਤੀ ਅੱਛੀ ਹੈ ਫਰਾਜ਼ ਹਾਂ ਆਹ ਹਾਂ ਹਾਂ ਪੈਕੇਜ ਤੇਰਾ ਥੋੜਾ ਹੈ ਕੁਛ ਤੋਂ ਖਿਆਲ ਕਰ ਉਮਰ ਭਰ ਦੂਸਰੇ ਚੈਨਲ ਦੇਖਦਾ ਰਹਾ ਉਮਰ ਭਰ ਪਹਿਲੀ ਗੱਲ ਸੀ ਬਾਤ ਦੀ ਉਮਰ ਭਰ ਦੂਸਰੇ ਚੈਨਲ ਦੇਖਦਾ ਰਹਾ ਆਖਰ ਟੀ ਟਾਈਮ ਨੇ ਮੁਝੇ ਹਸਾ ਕੇ ਦੀਆ ਹਜ਼ਾਰੋਂ ਸਾਲ ਨਰਗਸ ਟੀ ਟਾਈਮ ਦੇਖਦੀ ਰਹੀ ਬੜੀ ਮੁਸ਼ਕਿਲ ਸੇ ਪੋਤ ਪੈ ਹੋਤਾ ਹੈ ਚਮਨ ਮੇਂ ਫੈਸਲ ਫਰੀਦ ਪੈਣਾ ਲੈ ਤੂੰ ਜਬ ਆਓਗੀ ਤੋ ਟੀ ਟਾਈਮ ਦੇਖਤਾ ਹੁਆ ਪਾਓਗੀ ਮੁਝੇ ਕੋਈ ਡਰਾਮੇ ਦੇਖੇ ਕੋਈ ਫਿਲਮੇ ਦੇਖੇ ਮਾਮੂਲੀ ਟੀ ਟਾਈਮ ਨਾ ਦੇਖੇ ਤੇ ਫਿਰ ਖਬਰਨਾਮਾ ਦੇਖੇ ਕੋਈ ਡਰਾਮੇ ਦੇਖੇ ਕੋਈ ਫਿਲਮ ਹਾਂ ਹਾਂ ਕੋਈ ਡਰਾਮੇ ਦੇਖੇ ਕੋਈ ਫਿਲਮੇ ਦੇਖੇ ਇਮਾਮ ਦੀਨ ਟੀ ਟਾਈਮ ਨਾ ਦੇਖੇ ਤੇ ਫਿਰ ਨੰਨਾ ਆਲਮ ਦੇਖੇ ਅਲਮ ਤੇ ਨੰਨਾ ਵਿਊਵਰਸ ਵਿਊਵਰਸ ਟੀ ਟਾਈਮ ਨਾ ਦੇਖੇ ਹਾਂ ਤੋ ਨੰਨਾ ਔਰ ਅਲਮ 50-50 ਵਾਲਾ ਹਾਂ 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 ਲੇਕਿਨ ਉਹ ਹਿਸਟਰੀ ਦੇ ਵਿੱਚ ਉਸਤਾਦ ਜੀ ਉਹ ਜੋੜੀ ਜਿਹਦਾ ਸੁਨਹਿਰੀ ਹਰਫਾਂ ਦੇ ਨਾਲ ਓਏ ਨੰਨਾ ਸਾਹਿਬ ਓਹੋ ਕੀ ਕਹਿੰਦੇ ਅਲਮ ਦੁਨੀਆ ਅਲਮ ਸਾਹਿਬ ਰਾਈਟਰ ਵੀ ਉਹ ਸੀ ਕੈਸਾ ਡੂਬੀ ਵਹਾਂ ਜਹਾਂ ਟੀ ਟਾਈਮ ਲਗਾ ਹੁਆ ਥਾ ਮੇਰੀ ਕਸ਼ਤੀ ਤੇ ਡੂਬੀ ਵਹਾਂ ਜਹਾਂ ਟੀ ਟਾਈਮ ਬੰਦ ਥਾ ਜਹਾਂ ਟੀ ਟਾਈਮ ਬੰਦ ਥਾ ਮੇਰੀ ਕਸ਼ਤੀ ਤੇ ਡੂਬੀ ਵਹਾਂ ਜਹਾਂ ਟੀ ਟਾਈਮ ਬੰਦ ਥਾ ਅੱਛਾ ਓਕੇ ਯਾਰ ਮੁਝਸੇ ਟੀ ਟਾਈਮ ਦੇਖਨੇ ਆਏ ਹੋ ਠਹਿਰਿਓ ਮੈਂ ਲਗਾ ਗਿਆ ਤੋ ਕਿਉਂ ਕਰਾਤੀ ਹੋ ਯੇ ਰੇਤ ਕੇ ਪੈਕੇਜ ਇੱਕ ਦਿਨ ਕਹੋਗੇ ਇਸ ਟੀ ਟਾਈਮ ਸੇ ਪਿਆਰ ਹੈ ਮੁਝੇ ਆਏ ਆਏ ਇੱਕ ਸ਼ਹਿਨਸ਼ਾਹ ਨੇ ਲਗਾ ਕੇ ਟੀ ਟਾਈਮ ਵਹਾਂ ਹਮ ਯੂਟਿਊਬਰੋਂ ਕਾ ਉਠਾਇਆ ਹੈ ਮਜ਼ਾਕ ਅਬ ਤੁਮਨੇ ਆਪਣਾ ਮੋਬਾਈਲ ਬੰਦ ਕਰ ਦਿਆ ਅਬ ਜਾ ਕੇ ਕਹੀਂ ਟੀ ਟਾਈਮ ਲੱਗਨੇ ਵਾਲਾ ਥਾ ਓਏ ਵਾਹ ਕੁਛ ਉਂਝ ਵੀ ਅੰਬੀਆਂ ਮੁਫਤੀ ਸਨ ਜੋ 7-8 ਬੰਦੇ ਜੋ ਬੜੇ ਬੇਸ਼ਰਮ ਮੇਰੇ ਟੀ ਟਾਈਮ ਮੇ ਔਰ ਕਮੈਂਟਸ ਕਰ ਗਏ ਬੜੀ ਮੁਸ਼ਕਿਲ ਸੇ ਹੋਤਾ ਹੈ ਇੱਕ ਪ੍ਰੋਗਰਾਮ ਟੀ ਟਾਈਮ ਆਪਣਾ ਪੈਦਾ ਕਿਸਮਤੇ ਲਾਫਟਰੇ ਬਸ਼ਰ ਤਬਦੀਲ ਹੋਤੀ ਹੈ ਹਰ ਜੁਗਤ ਕੀ ਤਕਮੀਲ ਹੋਤੀ ਹੈ ਯਾਰ ਨਾਦਰੀ ਨਾ ਵੀ ਇੱਕ ਕੌਮੇਡੀ ਆ ਯਾਰ ਇਹਨੂੰ ਤੁਹਾਡੀ ਮਿਹਰਬਾਨੀ ਨਾਰਮਲ ਐਵੇਂ ਹੋਰ ਨਾ ਕਰਨਾ ਵੱਡਾ ਜੇ ਟਾਈਮਾਂ ਦੇ ਪੁੱਤ ਵਿੱਚ ਨੀ ਮੰਨਦੇ ਆਹ ਭਾਵੇਂ ਲੱਖਾਂ ਲੱਖਾਂ ਲਾਫਟਰ ਦੇਈਏ
ਮੇਰੇ ਮੋਢੇ ਉੱਤੇ ਕਤਰਾ ਖਲੋ ਗਿਆ ਬਬਲੂ ਬੁਖਾਰ ਬਬਲੂ ਬੁਖਾਰ ਤੱਕ ਨੂੰ ਟੀ ਟਾਈਮ ਪਿਆਰਾ ਸੁਣ ਕੇ ਬੰਦਾ ਹੱਸ ਨੀ ਜਾਂਦਾ ਤੁਸੀਂ ਕੌਣ ਹੋ ਯਾਰ ਹੈ ਹਿੰਮਤ ਕਰ ਪੈਦਾ ਇਸ ਤਰ੍ਹਾਂ ਦਾ ਸੈਟਅਪ ਦਾ ਮਾਂਗੀ ਹੋਈ ਹਸੀ ਸੇ ਹੈ ਦੋ ਤੱਕਾ ਦਾ ਮੇਰਾ ਨਹੀਂ ਕੰਮ ਓਏ ਯਾਰ ਯਾਰ ਕੀ ਬਕਵਾਸ ਮਾਂਗੀ ਹੈ ਦਾ ਸੱਚ ਕੁਛ ਵੀ ਯਾਰ ਬਾਤ ਟੀ ਟਾਈਮ ਕੀ ਹੋਤੀ ਹੈ ਮਗਰ ਨਾ ਰਾਸ਼ਿਦ ਤਦ ਮੈਂ ਮਜ਼ਾਕ ਰੋਦ ਵੀ ਬੜਾ ਤੇਰੇ ਕੱਠੇ ਹੀ ਐਲ ਸੀ ਡੀ ਪੇ ਹੈ ਪ੍ਰੋਗਰਾਮ ਪ੍ਰੋਗਰਾਮ ਸਭ ਤੇਰੇ ਕੱਠੇ ਹੀ ਐਲ ਸੀ ਡੀ ਪੇ ਹੈ ਪ੍ਰੋਗਰਾਮ ਪ੍ਰੋਗਰਾਮ ਸਭ ਖਬਰੇ ਵਬਰੇ ਖੇਲੇ ਵੇਲੇ ਡਰਾਮੇ ਡਰੂਮੇ ਸਭ ਜਿਸ ਦਿਨ ਸੇ ਤੁਮ ਲੱਗ ਗਈ ਹੋ ਟੀ ਟਾਈਮ ਟੂ ਟਾਈਮ ਦੇਖਣੇ ਪੇ ਜਿਸ ਦਿਨ ਸੇ ਤੁਮ ਲੱਗ ਗਈ ਹੋ ਟੀ ਟਾਈਮ ਟੂ ਟਾਈਮ ਦੇਖਣੇ ਪੇ ਫੀਕੇ ਪੜ ਗਏ ਵੱਡੇ ਬੁੱਢੇ ਚੈਨਲ ਚੂਨਲ ਸਭ ਮੇਰੀ ਐਲ ਸੀ ਡੀ ਖਰਾਬ ਹੈ ਅਫਵਾਹ ਥੀ ਕਿ ਅੱਜ ਛੁੱਟੀ ਹੈ ਲੋਗੋ ਨੇ ਪੂਛ ਪੂਛ ਕੇ ਅਪਲੋਡ ਕਰ ਦਿਆ ਇਤਨਾ ਕਰਵਾ ਦਿੱਤਾ ਐ ਆਂਖੋਂ ਵਾਲੇ ਤੁਝੇ ਕਿਆ ਪਤਾ ਵਾਹ ਵਾਹ ਤੇਰੇ ਸ਼ਹਿਰ ਕੇ ਅੰਦਰ ਵੀ ਟੀ ਟਾਈਮ ਦੇਖਤੇ ਮੇਰੇ ਪਾਸ ਸੇ ਗੁਜ਼ਰ ਕੇ ਟੀ ਟਾਈਮ ਕਾ ਨਾ ਪੁੱਛਾ ਮੈਂ ਕੈਸੇ ਮਾਰ ਜਾਊਂਗਾ ਦੂਰ ਦੇਖਾ ਹੋਗਾ ਦੂਰ ਜਾ ਕੇ ਦੇਖਦੇ ਲੱਗੇ ਯਾਰ ਤੋਬਾ ਮੇਰੇ ਪਾਸ ਸੇ ਗੁਜ਼ਰਦੇ ਗੁਰਦੇ ਟੀ ਟਾਈਮ ਦੇਖ ਕੇ ਹੱਸੀ ਗਿਆ ਮੈਂ ਕੈਸੇ ਮਾਰ ਜਾਊਂਗਾ ਦੂਰ ਜਾ ਕੇ ਰੋਏ ਵਾਹ 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 ਚੁੰਨੀ ਕੇਸਰੀ ਤੇ ਟੀ ਟਾਈਮ ਦੀਆਂ ਢਾੜੀਆਂ ਢਾੜੀਆਂ ਟੀ ਟਾਈਮ ਦੀਆਂ ਢੇਰੀਆਂ ਮੈਂ ਕਿਹਾ ਚਲੋ ਜ਼ਰਾ ਵਾਹ 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 ਕਿਆ ਬਾਤ ਮੈਂ ਮਹੀਨੋ ਟੀ ਟਾਈਮ ਦੇਖਤੇ ਹੋਏ ਉਸੇ ਇਹ ਫੋਨ ਕਰਕੇ ਕਹਿਤਾ ਸੁਣੋ ਯਹਾਂ ਕੋਈ ਮਸਲਾ ਹੈ ਤੁਹਾਡੀ ਆਵਾਜ਼ ਕੱਟ ਰਹੀ ਹੈ ਜੋ ਟੀ ਟਾਈਮ ਕੋ ਦੇਖ ਕੇ ਵੀ ਸੋਗਵਾਰ ਹੋ ਲਾਨਤ ਹੋ ਇਸ ਸ਼ਖਸ ਪੇ ਔਰ ਬੇਸ਼ੁਮਾਰ ਹੋ ਓ ਯਾਰ 6-7 ਜਾਣੇ ਮਾਦਰ ਦੀ ਹੈ ਭਾਈ ਇਹ ਮੈਨੂੰ ਪਤਾ ਨਹੀਂ ਲੱਗਦਾ ਕੋਈ ਗੱਲ ਜੀ ਮੈਂ ਤਾਂ ਫਰੀਜ ਹੋ ਗਿਆ ਕੀ ਕਹਾ ਕੁਛ ਵੀ ਟੀ ਟਾਈਮ ਦੇਖਨੇ ਆਏ ਹੋ ਅਭੀ ਲਗਾ ਕੇ ਆਤਾ ਹੂੰ ਜੋ ਲੋਗ ਟੀ ਟਾਈਮ ਕੋ ਕੱਖ ਸਮਝਤੇ ਹੈ ਉਹਨੇ ਜਿਤਨਾ ਮਰਜ਼ੀ ਸਮਝਾਓ ਵੋ ਕੱਖ ਸਮਝਤੇ ਹੈ ਕੇ ਬੇਸਵਾਦ ਹੋ ਉਹਨਾਂ ਦਾ ਦਿਮਾਗ ਹੀ ਖਰਾਬ ਹੈ ਬੇਸ਼ਰਮੀ ਹੈ ਸ਼ੋਹਰਤ ਹੈ ਟੀ ਟਾਈਮ ਸੇ ਜਲ ਜਾਤੇ ਹੈ ਬੇਸ਼ਰਮ ਸ਼ੋਹਰਤ ਹੈ ਟੀ ਟਾਈਮ ਸੇ ਜਲ ਜਾਤੇ ਹੈ ਦੂਸਰੇ ਅਦਾਕਾਰ ਟੀ ਟਾਈਮ ਸੇ ਜਲ ਜਾਤੇ ਹੈ ਕਹਿੰਦਾ ਦੁਨੀਆ ਉੱਤੇ ਰੱਖ ਫਕੀਰਾ ਐਸਾ ਟੀ ਟਾਈਮ ਲੱਗੇ ਲੱਗਾ ਹੋਵੇ ਤੇ ਹੱਸਣ ਸਾਰੇ ਨਾ ਲੱਗਾ ਹੋਵੇ ਤੇ ਰੋਣ ਚਾਰ ਲਾਫਟਰ ਰੋਜ਼ ਕਾ ਕਾਮ ਮੇਰਾ ਰੋਜ਼ ਕਾ ਨਾ ਮੁਝਕੋ ਕੋਈ ਰੋਕੇ ਮੈਂ ਵੀ ਸੁਨੇ ਲੈ ਚਾਰ ਲਾਫਟਰ ਰੋਜ਼ ਕਾ
ਯੂਟਿਊਬ ਤੇ ਟੀ ਟਾਈਮ ਲੈ ਕੇ ਬਿੱਲੋ ਛੱਡਦੇ ਕਿੰਨਾ ਹੱਸੇਗੀ ਦੁਨੀਆ ਇਹ ਗੱਲ ਤੂੰ ਦਿਲ ਚੋਂ ਕੱਟਦੇ ਕੱਟਦੇ ਟੀ ਟਾਈਮ ਲਾ ਕੇ ਬਿੱਲੋ ਪ੍ਰੋਗਰਾਮ ਵੇਖਦੀ ਬੋਲੋ ਟੀ ਟਾਈਮ ਬੋਲੋ ਟੀ ਟਾਈਮ ਏਦਾਂ ਦਾ ਕੁਛ ਹੀ ਬਣਾ ਲਓ ਆ ਟੀ ਟਾਈਮ ਨੱਚ ਕੇ ਨੱਚ ਕੇ ਨੱਚ ਆ ਟੀ ਟਾਈਮ ਨੱਚੀ ਅਖੇ ਮਾਹੀ 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 ਮੈਨੂੰ ਟੀ ਟਾਈਮ ਵਖਾ ਦੇ ਟੀ ਟਾਈਮ ਟੀ ਟਾਈਮ ਟੀ ਟਾਈਮ ਟੀ ਟਾਈਮ ਸੁਣਾ ਕੇ ਕੋਈ ਜੁਗਤਾ ਮੇਰਾ ਹਾਸਾ ਕਢਾ ਦੇ ਮਾਹੀ 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 ਮੈਨੂੰ ਟੀ ਟਾਈਮ ਵਖਾ ਦੇ ਟੀ ਟਾਈਮ ਟੀ ਟਾਈਮ ਟੀ ਟਾਈਮ ਸਾਜੀ ਜਿਹੜਾ ਗਾਣਾ ਚਾਹ ਵਾ ਨਾ ਫੈਸਲ ਸਾਹਿਬ ਨੇ ਉਹ ਗਾਣਾ ਜਿਹੜਾ ਵਾ ਸੀ ਹਾਂ ਉਹ ਬਣਾਉਣਾ ਵਾ ਜੀ ਅਸੀਂ ਉਹ ਪ੍ਰੋਪਰ ਉਹਦੇ ਤੇ ਇੱਕ ਕੰਮ ਕਰਕੇ ਨਾ ਉਹ ਜਿਵੇਂ ਜੰਗਲ ਬਣਾਈਦਾ ਨਾ ਉਦਾਂ ਬਣਾ ਕੇ ਉਹ ਰੈਪ ਵੀ ਲਿਖ ਆਪਣੇ ਸ਼ੋਅ ਤੋਂ ਪਹਿਲਾਂ ਚਲਾਇਆ ਕਰ ਸ਼ੋਅ ਤੋਂ ਪਹਿਲੇ ਚਲਾਇਆ ਦੌਰੇ ਹਾਜ਼ਰ ਦੀ ਜ਼ਰੂਰਤ ਹੈਗੀ ਆ ਦੌਰੇ ਹਾਜ਼ਰ ਦੀ ਉਹਦੇ ਨਾਲ ਸਾਜੀ ਬੜੇ ਲੋਕਾਂ ਨੇ ਮਾਸ਼ਾਅੱਲਾ ਇੱਕ ਬੰਦੇ ਨੇ ਜੰਗਲ ਲਾਇਆ ਤੇ ਮਾਸ਼ਾਅੱਲਾ ਜੜੋਂ ਬੱਚੇ ਹੋਏ ਹਾਂਜੀ ਸਾਡੇ ਕੋਲ ਚੁੱਟੀ ਹੈਗੀ ਆ ਤੇ ਕੋਈ ਰੋਣਾ ਕੀ ਹੈ ਇਧਰ ਕੋਲ ਯਾਰ ਜਿਹੜੀ ਵੀ ਆ ਹੈ ਤੇ ਹੈ ਸਾਡੇ ਕੋਲ ਯਾਰ ਤਾਂ ਉਸਤਾਦ ਜੀ ਹੈ ਇਹ ਨਾ ਰੈਂਡਮ ਜਿਹੜੀ ਫਿਲਮ ਬਦੀ ਸਾਜੀ ਇਹਦੇ ਚ ਬੜੀ ਮਿਹਨਤ ਔਰ ਬੜੇ ਹਾਜ਼ਰ ਦਿਮਾਗੀ ਦਾ ਕੰਮ ਆ ਫੌਰਨ ਕਿਹਦੇ ਚ ਇਹ ਜਿਹੜਾ ਅਸੀਂ ਕੀਤਾ ਹੈ ਬੜਾ ਮੁਸ਼ਕਲ ਕੰਮ ਹੈ ਔਰ ਸਾਰਿਆਂ ਲਈ ਯਾਰ ਕਲੈਪ ਯਾਰ ਲੇਕਿਨ ਸਾਜੀ ਨੂੰ ਕਹਿ ਦੋ ਕੋਈ ਗਲਤੀ ਗੁੱਸਾ ਕੇ ਮਾਫ ਅਸੀਂ ਕੁਝ ਉਹ ਨਹੀਂ ਕੀਤਾ ਨਹੀਂ ਨਹੀਂ ਉਹ ਕੁਝ ਨਹੀਂ ਕਰਦਾ ਟੀ ਟਾਈਮ ਸਾਡਾ ਵਧੀਆ ਤੇ ਸ਼ਾਰੀ ਸਾਡੀ ਟੌਪ ਦੀ ਵੱਡਿਆਂ ਨੂੰ ਹਾਸਾ ਆਵੇ ਛੋਟਿਆਂ ਦੀ ਗੱਲ ਤੇ ਬੁਲਾਈ ਦਿੱਤਾ ਬਹੁਤ ਅੱਛੇ ਅਸਲਮ ਦਰਦੀ ਨੇ ਟੀ ਟਾਈਮ ਲਾਇਆ ਚੌਧਰੀ ਸਜਾਦ ਨੇ ਰਿਕਾਰਡ ਕਰਾਇਆ ਮੁਲਤਾਨੀ ਟੀ ਟਾਈਮ ਬਈ ਹੈ ਟੀ ਟਾਈਮ ਪਾ ਜੀ ਆ ਇਧਰ ਵੀ ਦਿਓ ਜੀ ਤਾਂ ਦੋ ਗਲਾਸ ਇਧਰ ਟੀ ਟਾਈਮ ਦੇ ਦਿਓ ਜੀ ਭਾਈ ਐ ਭਾਜੀ ਨੂੰ ਵੀ ਦਿਓ ਜੀ ਇੱਕ ਗਲਾਸ ਟੀ ਟਾਈਮ ਦੇਖੋ ਤੇ ਜਿਗਰ ਦਾ ਖੂਨ ਪੈਦਾ ਕਰੋ ਮੈਂ ਝੰਗ ਬਾਜ਼ਾਰ ਤੇ ਬਾਹਰ ਰੇੜੀ ਤੇ ਦੇਖਿਆ ਤੇ ਉੱਥੇ ਆਵਾਜ਼ ਲੱਗੀ ਕੋਈ ਬੰਦਾ ਨਹੀਂ ਰੇੜੀ ਤੇ ਤੇ ਉਹ ਵੀ ਨਾ ਐਂ ਕਰਕੇ ਪਰਨਾ ਲੈ ਕੇ ਨਾ ਤੇ ਐਂ ਹੋਣਦੇ ਆ ਰੇੜੀ ਦੇ ਖਾਲੀ ਮੱਖੀਆਂ ਆਵਾਜ਼ ਆਉਂਦੀ ਇੱਧਰ ਵੀ ਦਿਓ ਭਾਜੀ ਦੋ ਗਲਾਸ ਇੱਧਰ ਵੀ ਦਿਓ ਭਾਜੀ ਇੱਕ ਮਿੰਟ ਤੁਹਾਨੂੰ ਵੀ ਦੇ ਰਹੇ ਇਹ ਭਾਜੀ ਨੂੰ ਪੈਸੇ ਇਹ ਭਾਜੀ ਨੂੰ ਵੀ ਦਿਓ ਕਿਉਂ ਆਇਆ ਦੇਖਾ ਤੇ ਰੇੜੀ ਖਾਲੀ ਹੈ ਤੇ ਕੇਸਟ ਲੱਗੀ ਉੱਤੇ ਅੱਛਾ ਉਹ ਕੇਸਟ ਲੱਗੀ ਨੀ ਤੁਸੀਂ ਮੂੰਹੋਂ ਵੀ ਕਿਹਾ ਹੋਇਆ ਜਦੋਂ ਤੁਸੀਂ ਲੈਮਨ ਦੀਆਂ ਬੋਤਲਾਂ ਵੇਚਦੇ ਹੋ ਨਹੀਂ ਨਹੀਂ ਲੈਮਨ ਦੀਆਂ ਬੋਤਲਾਂ ਦਾ ਮੈਂ ਕੇਸਟ ਕਦੇ ਲਾਈ ਨਹੀਂ ਉਦਾਂ ਕਿੱਦਾਂ ਵੇਚ ਲੈਂਦੇ ਸੀ ਉਹਨੂੰ ਯਾਰ ਉਹ ਯਾਰ ਲੱਗਾ ਹੁੰਦਾ ਸੀ ਸਾਡਾ ਕੁਛ ਨਹੀਂ ਹੁੰਦਾ ਯਾਰ ਮਿਹਨਤ ਕਿਵੇਂ ਨਾ ਸਾਈ ਰੇੜੀ ਤੇ ਵੇਚਦੇ ਸੀ ਕੋਤ ਰੇੜੀ ਦੇ ਕੋਤ ਰੇੜੀ ਵੀ ਚਲਾਈ ਮੈਂ ਸਾਈਕਲ ਤੇ ਵੀ ਦੇ ਕੇ ਆਉਂਦਾ ਰਿਹਾ ਮੋਟੇ ਦੇ ਚੁੱਕੇ ਵੀ ਲਾਗੇ ਲਾਗੇ ਦੇ ਕੇ ਆਉਂਦਾ ਰਿਹਾ ਰਾਤ ਨੂੰ ਨਹਾ ਧੋ ਕੇ ਫਰੈਸ਼ ਹੋ ਕੇ ਕਾਊਂਟਰ ਲਾਇਆ ਹੁੰਦਾ ਸੀ ਉੱਥੇ ਕੱਢਾ ਨੇ ਕਾਟਨ ਦਾ ਸੂਟ ਪਾ ਸਾਜੀ ਨੇ ਕੋਤ ਰੇੜੀ ਵੀ ਚਲਾਈ ਉਹਦੇ ਅੱਲਾ ਨੇ ਬਾਅਦ ਚੋਂ ਕਾਰ ਦੇ ਦਿੱਤੀ ਤੇ ਉਹ ਬ੍ਰੇਕ ਨਹੀਂ ਲਾਉਂਦੇ ਉਹਨੂੰ ਸਾਜੀ ਨੇ ਖੋਤਾ ਰੇੜੀ ਚਲਾਈ ਆ ਤੇ ਅੱਜ ਵੀ ਖੋਤੇ ਵਾਲੀ ਰੇੜੀ ਚਲਾਉਂਦੇ ਆ ਵਾਹ ਸਾਜੀ ਕੀ ਆ ਕਿਸਮ ਲਾਈ ਆ ਉਹ ਤਾਂ ਹਾਲ ਨਹੀਂ ਮਾਰਦੇ ਮੂੰਹ ਫੜ ਕੇ ਇਹ ਹੀਰੇ ਨੇ ਇਹ ਹੀਰੇ ਮੈਂ ਕਿੱਥੇ ਬੈਠਾ ਮੈਂ ਕੀ ਕਰਨ ਰਿਹਾ ਹੁਣ ਮੈਂ ਜਾਣਦਾ ਮੈਂ ਵੀ ਸੁਣੀ ਸੀ ਕਹਿੰਦਾ ਗੰਜ ਬਖਸ਼ ਫੈਜ਼ ਆਲਮ ਤੇ ਮਜ਼ਹਰੇ ਨੂਰੇ ਖੁਦਾ ਨਾ ਸਾਰਾ ਪੀਰੇ ਕਾਮਿਲ ਤੇ ਕਾਮਿਲਾ ਰਾਹ ਰਹਿਨੁਮਾ ਚੰਗ ਬਾਜ਼ਾਰ ਦੇ ਬਾਹਰ ਤੁਹਾਡਾ ਕਦੇ ਗੁਜ਼ਰ ਹੋਵੇ ਨਾ ਸੀਤਾ ਰਾਮ ਮੰਦਰ ਤੇ ਥੱਲੇ ਬੈਠੇ ਨੇ ਜੀ ਚੌਧਰੀ ਅਬਦੁਲ ਰਸ਼ੀਦ 56 ਵਾਲੇ 12 ਮਸਾਲੇ ਪਾ ਕੇ ਜੀਰਾ ਪਾ ਕੇ ਆਪ ਹੀ ਆ ਕੇ ਬਿਸਮਿਲਾ ਫਿਰ ਪੈਨ ਆ ਜਾਓ ਬਿਸਮਿਲਾ ਠੰਡਾ ਪਾ ਕੇ ਤੇ ਗਲਾਸ ਬਣਾ ਵੇ ਨਿਕਲ ਖਿਆਲ ਦੇਖਿਆ ਪੰਜ ਛੇ ਖਲੋਤਾ ਆਪਾਂ ਲਾ ਜਾਂਦਾ
ਬੜਾ ਥੋੜਾ ਉੱਥੇ ਤੁਹਾਡਾ ਸਾਈਕਲ ਚੁੱਕਿਆ ਗਿਆ ਸੀ। ਅੱਛੀ ਗੱਲ ਹੈ। ਅੱਛਾ ਦੁਨੀਆਂ ਦੇ ਵਿੱਚ ਤੁਸੀਂ ਕਾਲ ਕਰੋਗੇ ਨਾ ਤੇ ਕਦੀ ਨੀ ਪਿੱਛੇ ਆਵਾਜ਼ ਆਏਗੀ ਕਿ ਆ ਜਨਾਬ ਇਹ ਚੱਲੀ ਇਹ ਕਿਰਾਰੀ ਕੁਛ ਨੀ ਹੋਏਗਾ। ਜਦੋਂ ਇੱਥੋਂ ਕਾਲ ਜਾਂਦੇ ਬਾਹਰਲੇ ਮੁਲਕ ਕਹਿੰਦੇ ਪਿੱਛੇ ਕੀ ਹੋ ਰਿਹਾ ਉਹ ਯਾਰ ਕੁਲਫੀ ਵਾਲਾ ਨੰਗਣ ਡੇ ਚੱਲੀ ਵਾਲਾ ਨੰਗ ਮਿੱਠੇ ਨੂੰ ਨਹੀਂ ਸੀ ਜਿਹੜੀ ਕੁੜੀ ਦਾ ਫੋਨ ਹੁੰਦਾ ਸਾਡੇ ਉਸਤਾਦ ਜੀ ਬੜੇ ਸੁਪਰ ਸਟਾਰ ਨੇ ਕੈਸਰ ਪੀਆ ਸਾਹਿਬ। ਹਾਂ ਉਹ ਲੈਮਨ ਦੀਆਂ ਬੋਤਲਾਂ ਦਾ ਕਰਦੇ ਸੀ, ਮੈਂ ਵੀ ਕਰਦਾ ਰਿਹਾ ਇਹਨਾਂ ਦੀ ਚਲਾਈ ਸੀ, ਕੋਈ ਐਸੀ ਗੱਲ ਨਹੀਂ। ਉਹ ਮੇਰਾ ਖੋਤਾ ਰੇੜੀ ਭਰਾ ਵਾ, ਉਹ ਹੈ ਮੈਂ ਉਸਤਾਦ ਜੀ ਤੰਦ ਮੇਰਾ ਲੈਮਨ ਭਰਾ ਵਾ। ਕੋਈ ਯਾਰ ਤੰਸ ਕਰਦਾ ਫੈਸਲ ਸਾਹਿਬ ਯਾਰ ਗਟਰ ਨਾਲੋਂ ਤੇ ਠੀਕ ਹੈ ਨਾ, ਗਟਰ ਕੱਢਣ ਨਾਲੋਂ ਤੇ ਠੀਕ। ਨਹੀਂ ਨਹੀਂ ਭਾਈ ਦੇਖੋ ਸਭ ਤੋਂ ਵੱਡੀ ਗੱਲ ਦੇਖੋ, ਆਪਣਾ ਜ਼ਾਤੀ ਕੰਮ ਸੀ, ਯਾਨੀ ਕਿ ਮੁਲਾਜ਼ਮਤ ਨਹੀਂ ਸੀ, ਬਿਜ਼ਨਸ ਸੀ, ਬਿਜ਼ਨਸ ਆਪਣਾ ਕੰਮ ਸੀ, ਆਪਣਾ ਕੰਮ। ਦੁਕਾਨ ਬੜੀ ਅੱਛੀ ਮੈਂ ਬਿਹਤਰੀਨ ਬਣਾਈ ਹੁੰਦੀ ਸੀ, ਲੋਕੀ ਕਈ ਮੰਗਦੇ ਯਾਰ ਸਾਨੂੰ ਵੀ ਥੋੜਾ ਮਾਲ ਦੇ ਦਿਆ ਕਰ, ਮੈਂ ਉਹਨਾਂ ਨੂੰ ਵੀ ਦੇ ਦਿੰਦਾ ਸੀ, ਲੇਕਿਨ ਆਪਣਾ ਅੱਡਾ ਹੁੰਦਾ ਸੀ, ਦੋ ਤਿੰਨ ਅੱਡੇ ਬਣਾਏ ਹੁੰਦੇ ਸੀ ਆਪਣਾ ਕਮਾ। ਮੈਂ ਉਸ ਦੌਰ ਚ 1,000 ਰੁਪਇਆ ਰੋਜ਼ ਕਮਾਉਂਦਾ ਰਿਹਾ, ਹਾਂਜੀ ਜਦੋਂ 20 ਰੁਪਏ ਲੈ ਕੇ ਬੱਚਾ ਜਾਂਦਾ ਸੀ ਸਵੇਰ ਨੂੰ, ਮੈਂ ਉਦੋਂ 1,000 ਰੁਪਇਆ ਰੋਜ਼ ਕਮਾਉਂਦਾ ਰਿਹਾ, 800-900 ਹਜ਼ਾਰ ਤੇ ਉਸ ਦਿਨ ਦਾ 1,000 ਤੇ ਅੱਜ ਦਾ ਕਿੰਨਾ ਹੋਏਗਾ? 10,000-20,000 ਸਤਾਈ। ਤੁਸੀਂ ਟੋਟਲ ਕਿੰਨੇ ਕੰਮ ਕੀਤੇ ਲਾਈਫ ਚ? ਬਹੁਤ ਐਨ ਰੱਖਣਾ। ਉਦੋਂ ਸਭ ਤੋਂ ਪਹਿਲੇ ਸਕੂਲੋਂ ਹਟ ਕੇ ਪੈਣ ਕੱਪੜੇ ਦਾ, ਇੱਕ ਕਿੰਨੇ ਵਜੇ ਹੋਏ ਸਰ ਜੀ? 8ਵੀਂ ਚੋਂ। ਓਹੋ ਦੁਬਾਰਾ ਪੌੜਾ ਮੈਂ ਠੀਕ ਆ। ਉਸ ਤੋਂ ਬਾਅਦ ਭਾਣ ਮੈਂ PCO ਪਾਇਆ 2। ਉਸ ਤੋਂ ਬਾਅਦ ਜਨਾਬ ਮੈਂ ਹਾਰ ਸੇਰੇ ਦਾ ਕੰਮ ਕੀਤਾ ਪੋਮੀ ਨਾਲ ਦੇ ਨਾਲ, ਪੋਮੀ ਦੇ ਬੂ ਦੇ ਨਾਲ। ਉਸ ਤੋਂ ਬਾਅਦ ਲੈਮਨ ਦੀਆਂ ਬੋਤਲਾਂ ਵੀ ਭਰੀਆਂ, ਸਰਦੀਆਂ ਨੂੰ ਡਰਾਈ ਫਰੂਟ ਮੂੰਗਫਲੀ ਚਲਵਾਉਂਦਾ ਸਾਰਾ। ਉਸ ਤੋਂ ਬਾਅਦ ਇੱਕ ਫੈਕਟਰੀ ਦੇ ਵਿੱਚ ਮੈਂ ਰੰਗ ਜਿਹਾ ਪਾ ਕੇ ਜੋ ਠੱਪੇ ਨਹੀਂ ਲੈਟ, ਹਾਂਜੀ ਹਾਂਜੀ ਪ੍ਰਿੰਟਿੰਗ, ਉਹ ਜਿਹੜਾ ਮੈਨੂਅਲ ਠੱਪੇ ਲਾਈਦੇ ਆ, ਫਿਰ ਉਹ ਚੇਂਜ ਕਰਕੇ ਉਹ ਜਲੇਬੀਆਂ ਟੰਗ ਪਾ ਕੇ ਉਹ ਠੱਪੇ ਬਹੁਤ ਲਾਏ, 6 ਹੋ ਗਏ। ਉਸ ਤੋਂ ਬਾਦ ਜਨਾਬ ਜੀ ਮੈਂ ਕੱਚੀ ਲੱਸੀ ਵੇਚੀ ਭਾਣੇ ਬਾਜ਼ਾਰ ਦੀ ਨੁੱਕਰ ਤੇ ਰੁਪਈਏ ਦਾ ਗਲਾਸ, ਹਾਂ ਉਹ ਮੈਂ ਕੀਤਾ। ਫਿਰ ਮੈਂ ਕਰਿਆਨੇ ਦਾ ਕੰਮ ਕੀਤਾ ਆਪਣੇ ਅੱਬੇ ਦੇ ਨਾਲ ਦੁਕਾਨ ਤੇ। ਉਸ ਤੋਂ ਬਾਅਦ ਫਿਰ ਮੈਂ ਕੱਪੜੇ ਨਹੀਂ, ਹਾਂ ਜੁੱਤੀਆਂ ਦਾ ਕੰਮ ਕੀਤਾ, ਬਚਗਾਨਾ ਜੁੱਤੀਆਂ ਦਾ ਕੰਮ ਕੀਤਾ, ਪੈਂਦਾ ਵੀ ਵੇਚੀਆਂ, ਨਹੀਂ ਪੈਂਦਾ ਨਹੀਂ ਵੇਚੀਆਂ, ਬਚਗਾਨਾ ਜੁੱਤੀਆਂ ਦਾ ਕੰਮ ਕੀਤਾ। ਉਸ ਤੋਂ ਬਾਅਦ ਮੈਂ ਮਟੀਰੀਅਲ ਦਾ ਕੰਮ, ਉਸ ਤੋਂ ਬਾਅਦ ਮੈਂ ਕਚਹਿਰੀ ਬਾਜ਼ਾਰ ਦੇ ਵਿੱਚ 2 ਸਾਲ ਰਿੰਗ ਟੂਨਾ ਭਰੀਆਂ, 10 ਨਜੂਮੀਆਂ ਦਾ ਵੀ ਕੀਤਾ, 2 ਸਾਲ ਰਿੰਗ ਟੂਨਾ ਨਹੀਂ ਹੁੰਦੀਆਂ, ਰਿੰਗ ਟੂਨਾ ਇਹ ਭਰੀਆਂ। ਉਹ ਜਿਹੜਾ ਸਾਲ ਸਹੀ ਤਰ੍ਹਾਂ ਬਲ ਫੜਨ ਵਾਸਤੇ ਬਸ ਯਾਰ ਕੀ ਹੈ ਜੀ ਸਾਜੀ। ਉਸ ਤੋਂ ਬਾਦ ਮੈਂ ਕੱਪੜੇ ਦਾ 5-7-8 ਜਗ੍ਹਾ ਤੇ ਕੀਤਾ, ਮੰਦਰ ਗਲੀ ਕੀਤਾ, ਜਾਮਿਆ ਗਲੀ ਕੀਤਾ, ਫਿਰ ਉਸ ਤੋਂ ਬਾਅਦ ਮੈਂ ਕਿਹਦਾ ਕੀਤਾ, ਕੱਪੜੇ ਦਾ ਕੰਪਨੀ ਫੇਵਰਟ ਕੰਮ ਹੈ, ਬਹੁਤ ਕੀਤਾ ਮੈਂ, ਬੜਾ ਕੁਛ ਡਰਾਮਾ ਵੀ ਲਗਾ ਲੋ ਡੱਬਿੰਗ। ਅੱਛਾ ਜੀ ਸਪੀਕਰ ਵੀ ਵੇਚਦੇ ਰਹੇ ਤੁਸੀਂ? ਹਾਂ ਹਾਂ ਉਹ ਵੀ ਕਰਦਾ ਰਿਹਾ। 12 ਹੋ ਗਏ ਫਿਰ ਚੈਕਰ ਵੀ ਸੀ ਮੈਂ, ਫਿਰ ਰੇਹੜੀ ਦੇ ਮਾਲ ਵੀ ਲਾਦਾ ਸੀ ਆਪੇ ਹੀ।
ਚਾਹ ਦਾ ਹੋਟਲ ਮੈਂ ਕੀਤਾ, ਚੌਦਾਂ ਚਾਹ ਦਾ ਹੋਟਲ, ਚਾਹ ਦੇ ਹੋਟਲ ਦੇ ਵੀ ਕੰਮ ਕੀਤਾ, ਨਹੀਂ ਏਦਾਂ ਕਿਤੇ ਹੋਰ ਦੋ ਚਾਰ ਹੋਣੇ ਨੇ। ਅਸੀਂ ਸ਼ੁਰੂ ਤੋਂ ਗੁਰਬਤ ਨੀ ਵੇਖੀ, ਲੇਕਿਨ ਸਾਨੂੰ ਅਹਿਸਾਸ ਹੋਊਗਾ ਕਿ ਜਿਹੜਾ ਸ਼ੁਰੂ ਤੋਂ ਨੀ ਤੁਸੀਂ ਨਾ ਐਂਡ ਤੋਂ ਦੇਖੀ, ਜਿੱਥੇ ਗੁਰਬਤ ਦਾ ਐਂਡ ਹੋ ਜਾਂਦਾ ਨਾ ਤੁਸੀਂ ਉੱਥੋਂ ਦੇਖੀ। ਮਾਰੇ ਤੇਰੇ ਘਰ ਗੁਰਬਤ ਐਂਡ ਜਿਵੇਂ ਕੋਈ ਰਿਸ਼ਤੇਦਾਰ ਰਹਿ ਰਿਹਾ ਯਾਰ। ਗੁਰਬਤ ਹੁੰਦੀ ਹੈ ਵੀ ਤੇਰੇ ਕੋਲ ਲੱਖ ਰੁਪਈਆ ਵਾ, ਮੇਰੇ ਕੋਲ ਹਜ਼ਾਰ, ਤੂੰ ਅਮੀਰ ਆ ਮੈਂ ਗਰੀਬ। ਜੇ ਮੇਰੇ ਕੋਲ ਹਜ਼ਾਰ ਵੀ ਨਹੀਂ ਹੈਗਾ ਤੇ ਮੈਂ ਨਾ ਅਮੀਰਾਂ ਚੋਂ ਨਾ ਗਰੀਬਾਂ ਚੋਂ, ਮੈਂ ਤੇ ਖਾ, ਮੈਂ ਤੇ ਖਾਤਾ ਹੀ ਹੈ ਨਹੀਂ ਮੇਰਾ। ਯਾਰ ਇੱਕ ਮਿੰਟ ਵਿੱਚ ਨਾ ਬੋਲੇ ਕੋਈ, ਮਿਹਰਬਾਨੀ ਯਾਰ ਕੋਈ। ਮੈਂ ਬੋਤਲਾਂ ਦਾ ਸ਼ੁਰੂ ਕਰਨਾ ਚਾਹ ਰਿਹਾ ਵਾ, ਉਹਦੇ ਵਾਸਤੇ ਮੈਨੂੰ ਕੀ ਕਰਨਾ ਪਏਗਾ? ਸਭ ਤੋਂ ਪਹਿਲੇ ਹੌਸਲਾ ਕਰਨਾ ਪਏਗਾ ਵੀ ਪੈਸੇ ਲਾਉਣੇ ਆ। ਨਹੀਂ ਕੋਈ ਨੀ, ਸਿਆਣੇ ਕਹਿੰਦੇ ਜਿਹੜੇ ਲੈਮਨ ਦੀ ਬੋਤਲ ਹੈ ਨਾ, ਇੰਨੀ ਦੀ ਪਾਣੀ ਦੀ ਕਮਾਈ ਹੈ, ਵਿੱਚ ਕੋਈ ਏਡਾ ਖਰਚਾ ਨਹੀਂ ਹੁੰਦਾ, ਇੰਨੀ ਪਾਣੀ ਭਰ ਭਰ ਵੇਚਣਾ ਤੁਸੀਂ, ਇੰਨਾ ਇੰਨੀ ਕੁ ਲਾਗਤ ਹੁੰਦੀ ਹੈ। ਤੇ ਮਸ਼ੀਨ ਕਿੰਨੇ ਦੀ ਹੁੰਦੀ? ਮਸ਼ੀਨ ਉਦੋਂ ਤੇ ਮੈਂ ਉਦੋਂ ਹੁੰਦੀ 18,000 ਦੀ, 20,000 ਦੀ ਹੁੰਦੀ ਸੀ, ਹੁਣ 1.5 ਲੱਖ 2 ਲੱਖ ਦੀ। ਉਹਦੇ 'ਚ ਗੈਸ ਪੈਂਦੀ ਨਾ, ਉਹ ਮਸ਼ੀਨ ਹੁੰਦੀ ਨਾ, ਉਹਦੇ ਨਾਲ ਝਾਂਪਾ ਹੁੰਦਾ, ਨਾਲ ਨਾਲ ਸਿਲੰਡਰ 20 ਰੁਪਏ ਦੀ ਹੋ ਗਈ, 20 ਰੁਪਏ ਦੀ। ਤੇ ਨਾਲ ਉਹਦੇ ਤੁਸੀਂ ਕਹਿ ਲਓ ਕਿ, ਮੈਂ ਤੁਹਾਨੂੰ ਹੁਣੇ ਹਿਸਾਬ ਲਾ ਦਿੰਦਾ, ਖਾਲੀ ਬੋਤਲ ਚੀਨੀ, ਚੀਨੀ ਕਿੰਨੇ ਦੀ ਕਿਲੋ ਆ? 150 ਰੁਪਏ ਦੀ ਕਿਲੋ, 160 ਹੈ, 150 160 ਹੈ ਨਾ। ਚਲੋ 7.5-7.5 ਕਿਲੋ ਚੀਨੀ ਪੈਂਦੀ ਤਸਾ ਡਾਲਿਆਂ ਚ, ਕਿੰਨੇ ਦੀ ਹੋ ਗਈ? 10 ਕਿਲੋ ਬਾਕੀ ਮਿਹਨਤ ਹੈ ਤੁਹਾਡੀ, ਨਹੀਂ ਤੇ ਬਿਜਲੀ ਯਾਰ ਇੰਨੀ ਨੀ ਬਿਜਲੀ ਦਾ ਕਿੱਦਾਂ ਕੋਈ। ਅੱਛਾ ਕਿੰਨੇ ਹੋ, ਕਿੰਨੇ ਪੈਸੇ ਹੋ ਗਏ? 2,000 ਰੁਪਇਆ ਲਾ, 2,000 ਰੁਪਇਆ 20 ਰੁਪਏ ਦੀ ਬੋਤਲ, 24 ਬੋਤਲਾਂ ਕਿੰਨੇ ਦੀਆਂ ਹੋ ਗਈ? 4,800 ਰੁਪਏ ਦੀ, 480 ਰੁਪਏ ਦਾ ਡਾਲਾ ਹੋ ਗਿਆ, 10 ਡਾਲੇ ਕਿੰਨੇ ਦੇ ਹੋ ਗਏ? 4,800 ਦੇ, 1,500 ਰੁਪਏ ਦਾ ਡਾਲਾ ਲੱਗਦਾ ਵਾ ਤੇ 5,000 ਰੁਪਇਆ। ਜਿੱਥੇ ਤੇ ਭਰੀ ਦੀ ਹੈ, ਜਿਹੜੇ ਬੋਤਲਾਂ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਹੋਏਗਾ ਕਿ ਮੈਂ ਵਾਕਈ ਕੀਤਾ, ਉਹਨੂੰ ਝਾਂਪਾ ਕਹਿੰਦੇ। ਦੋ ਜੂਸ ਹੁੰਦੇ ਨਾ ਮਸ਼ੀਨ ਦੇ, ਇੱਕ ਹੁੰਦੇ ਫੱਟੇ ਦੇ ਉੱਤੇ ਮਸ਼ੀਨ ਲੱਗੀ ਉਹਦੇ ਉੱਤੇ ਖਲੋ ਜਾਣਾ, ਖਲੋ ਕੇ ਤੇ ਉਹਦੇ ਉੱਪਰ ਕੁੱਪੇ ਦੇ ਵਿੱਚ ਢੱਕਣ ਹੁੰਦੇ ਆ, ਸਾਈਡ ਤੇ ਉਹਦਾ ਪ੍ਰੈਸ਼ਰ ਹੁੰਦਾ ਜਿੱਥੋਂ ਪਾਣੀ ਜਾਣਾ, ਉੱਪਰ ਉਹਦੇ ਇੰਜ ਕਰਕੇ ਇੱਕ ਹੈਂਡਲ ਹੁੰਦਾ, ਉਹ ਪੂਰਾ ਇੱਕ ਸਰਕਲ ਹੁੰਦਾ ਤੇ ਪੈਰ ਦੇ ਉੱਤੇ ਪੈਰ ਨਾਲ ਜ਼ੋਰ ਦੀ ਮਾਰਨਾ ਤੇ ਢੱਕਣ, ਸਭ ਤੋਂ ਪਹਿਲਾਂ ਉੱਪਰੋਂ ਢੱਕਣ ਫੜਨੇ ਬੁੱਕ 'ਚ, ਇੱਕ ਢੱਕਣ ਸਿੱਧਾ ਕਰਕੇ ਪੁੱਠਾ ਕਰਕੇ ਨਾ ਮਸ਼ੀਨ ਦੇ ਅੰਦਰ, ਤੇ ਨਾ ਢੱਕਣ ਢੱਕਣ ਅੰਦਰ ਟਰੱਕ ਕਰਕੇ ਲੱਗ ਜਾਣਾ। ਉਸ ਤੋਂ ਬਾਅਦ ਥੱਲੇ ਤੁਸੀਂ ਬੋਤਲ ਇੰਜ ਰੱਖਣੀ, ਬੋਤਲ ਹੱਥੀ ਵਿੱਚ, ਉੱਪਰੋਂ ਤੁਸੀਂ ਉਹਨੂੰ ਇੰਜ ਕਰਨਾ ਤੇ ਉਹਨੇ ਉਹ ਜਿਹੜਾ ਇੰਜ ਕਰਨਾ ਨਾ ਉਹਨੇ ਬੋਤਲ ਦੇ ਮੂੰਹ ਨੂੰ ਇੰਜ ਘੁੱਟ ਕੇ ਫੜ ਲੈਣਾ, ਲੀਕੇਜ ਨਹੀਂ ਹੋਣੀ। ਇੱਧਰੋਂ ਤੁਸੀਂ ਇੰਜ ਕਰਨਾ ਤੇ ਉਹ 'ਚ ਪਾਣੀ ਜਾਣਾ, ਉਸ ਤੋਂ ਬਾਅਦ ਥੱਲੇ ਪੈਰ ਨਾਲ ਤੁਸੀਂ ਮਾਰਨਾ ਦੜਮ, ਤੇ ਉਹ ਢੱਕਣ ਬੋਤਲ ਨੇ ਤਾਂ ਜਾਣਾ ਤੇ ਢੱਕਣ ਉਹਦੇ 'ਚ ਲੱਗ ਜਾਣਾ। ਜਿਹੜਾ ਬੰਦਾ ਵੈਂਡਰ ਦਾ ਕੰਮ ਕਰਦਾ ਉਹਦੀ ਫਿਰ ਸਾਰੇ ਕੰਮਾਂ 'ਚ ਸਪੀਡ ਹੋ ਬੰਦਾ ਕੰਮ ਕਰਦਾ ਨਾ ਬੇਟੇ ਸਾਈ ਜਿਹੜੇ
ਉਹ ਹੁੰਦੇ ਆ। ਛੋਟਾ ਜਿਹੜਾ ਗੇਮਾਂ ਦੇ ਆਉਂਦੇ ਜ਼ਿੰਮੇਵਾਰੀ ਉਹਦੀ ਪੈ ਗਈ ਜੇ ਤੇ ਪੀਕੋ ਰਫੂ ਇਹ ਵੀ ਕੀਤਾ, ਮਿਲੈਟਰੀ ਤੇ ਵੀ ਕੀਤਾ, ਉਸ ਤੋਂ ਬਾਅਦ ਜੁੱਤੀਆਂ ਦਾ ਵੀ ਤੇ ਲੂਮਾ ਦਾ ਕੀਤਾ। ਕਿਹੜੀਆਂ ਲੂਮਾ ਤੇ ਸਾਜੀ ਬੈਂਡਰ ਨਾਲ ਮੈਂ ਵੀ ਸੀ ਬੈਂਡਰ ਤੇ ਇਹ ਕੀਤਾ। ਉਸ ਤੋਂ ਬਾਅਦ ਆਂਡੇ ਵੇਚੇ ਮੈਂ, ਅੱਛਾ ਉਹ ਤੋਂ ਬਾਅਦ ਹੋਦਰੀ ਦਾ ਕੀਤਾ ਸਟਿਚਿੰਗ, ਅੱਛਾ ਉਹ ਤੋਂ ਬਾਅਦ ਮੁਰਗੇ ਦਾ ਕੀਤਾ ਚਿਕਨ ਦਾ ਕੀ ਇਹ ਕਰ ਵੀ ਲੈਣਾ ਸਾਹ ਜੀ। ਮੈਂ ਫਾਰਮ ਤੇ ਵੀ ਰਿਹਾ ਔਰ ਗੱਡੀ ਦੇ ਨਾਲ ਵੀ ਜਾਂਦਾ ਰਿਹਾ 3 ਮਹੀਨੇ ਖੰਭਾਂ ਵਾਲੀ ਗੱਡੀ ਸਾਜੀ। ਉਹ ਨਾ ਇੱਕ ਦਿਨ ਨਾ ਉਹਦੇ ਉੱਤੇ ਸੁੱਤਾ ਮੈਂ ਗੱਡੀ ਦੇ ਸੋਹਣਾ, ਉਹਨੂੰ ਕਿਤੇ ਨਾ ਮੇਰੀ ਉੱਤੇ ਮੈਂ ਜਾਣਾ ਵੀ ਇੱਦਾਂ ਹੀ ਸੀ ਉੱਤੇ, ਉਹ ਡਰਾਈਵਰ ਨੇ ਨਾ ਕਿਤੇ ਪਤਾ ਨੀ ਉਹਨੂੰ ਕੀ ਹੋਇਆ ਸਾਹ ਜੀ, ਉਹਨੇ ਉਹ ਛਾਪਿਆਂ ਦੇ ਵਿੱਚ ਉਹਦੀ ਲਗਾਈ ਮੇਰੇ ਸਾਰੇ ਝੜੀਟਾਂ ਪੈ ਗਈਆਂ। ਆਲੂ ਛੋਲੇ ਵਿੱਚ ਪਹਿਲੇ ਸਟਾਰਟ ਕਿੱਥੇ ਗਲੀ ਚ ਘਰ ਦੇ ਬਾਹਰ ਲਾ ਕੇ, ਅੱਛਾ ਚਿਪਸ ਵਿੱਚ ਹੀ ਹੈ ਜੀ ਉਹ ਤੇ ਉੱਥੇ ਹੀ ਹੋ ਗਈ ਨਾ। ਨਹੀਂ ਨਹੀਂ ਪਹਿਲੇ ਵੇਚੀ ਹੈ ਚਿਪਸ, ਅੱਛਾ ਠੀਕ ਹੈ। ਫਿਰ ਗੋਲ ਗੱਪੇ ਵੇਚੇ ਜੀ, ਕਹਿੰਦਾ ਆਲੂ ਛੋਲੇ ਵੇਚੇ ਜੀ ਸਭ ਤੋਂ ਪਹਿਲੇ ਸਟਾਰਟ ਤੇ ਤੇ ਉਸ ਤੋਂ ਬਾਅਦ ਚਿਪਸ ਵੇਚੀ ਹੈ ਸਭ ਪਹਿਲੇ। ਉਹਦਾ ਮਤਲਬ ਕਿ ਆ ਜਿਹੜੀ ਹੁਣ ਲਾਸਟ ਚਿਪਸ ਯਾਰ, ਅੱਛਾ ਯਾਰ ਆਲੂ ਛੋਲੇ ਵੇਚੇ, ਆਲੂ ਛੋਲੇ ਚਿਪਸ ਗੋਲ ਗੱਪੇ ਨਾਸ਼ਤਾ ਲਾਇਆ, ਫਿਰ ਉਸ ਤੋਂ ਬਾਅਦ ਸਤਾਜੀ ਕਲੀਨਰੀ ਕੀਤੀ, ਸਾਈਕਲਾਂ ਦਾ ਕੰਮ ਕੀਤਾ, ਮੋਟਰਸਾਈਕਲਾਂ ਦਾ, ਸਾਈਕਲਾਂ ਦਾ ਸਾਈਕਲ ਸਾਈਕਲ ਸਾਈਕਲਾਂ ਦਾ ਪੈਂਚਰ ਲਾਉਣਾ ਸਿੱਖਿਆ, ਅੱਛਾ ਮੋਟਰਸਾਈਕਲਾਂ ਦਾ ਕੀਤਾ ਜੀ ਰਿਪੇਅਰਿੰਗ ਦਾ, ਅੱਛਾ ਫਿਰ ਵੈਗਨਾਂ ਦਾ ਰਿਪੇਅਰਿੰਗ ਦਾ ਸਿੱਖਿਆ। ਹਮਾਮ ਤੇ ਕੀਤਾ ਜੀ, ਹਮਾਮ ਦਾ ਚੱਲ ਚੁਨ ਚੰਨ ਉਹ ਵੀ ਕੀਤਾ, ਮੈਂ ਸੋਹਣੀ ਸੇਵ ਕਰਦਾ ਅੰਦਰ ਵੀ ਵਾਲ ਵਟਾ ਜਿਹੜੇ ਆਪਾਂ, ਅੱਛਾ ਉਤੋਂ ਹੀ ਗੰਦੇ ਨੇ ਹਮਾਮ ਦਾ ਵਾ, ਹਮਾਮ ਦਾ ਹਮਾਮ ਦਾ, ਅੱਛਾ ਜੀ ਕੀ ਹੋਇਆ ਭਾਈ, ਆਲੂ ਛੋਲੇ ਵੇਚੇ ਆ ਜੀ, ਚਿਪਸ ਵੇਚੀ ਇੱਕੋ ਜਗ੍ਹਾ ਤੋਂ ਚਾਰ ਗਣਾ ਕੱਪੜੇ ਕੈਟਾਗਰੀ ਚੇਂਜ ਹੋਵੇ ਨਾ, ਧਾਗੇ ਆਲੂ ਛੋਲੇ ਪਕੌੜੇ ਗੋਲ ਗੱਪੇ ਇਹ ਸਾਰੀ ਇੱਕੋ ਹੀ ਕੈਟਾਗਰੀ ਹੈ ਤਾਜੀ। ਹੋਦਰੀ ਦਾ ਇਹ ਤਾਂ ਮੈਂ ਸੁਣਿਆ ਇੱਕ ਜਗ੍ਹਾ ਤੇ ਗਿਆ ਸੀ, ਕਹਿੰਦੇ ਪਹਿਲੇ ਇਹ ਵੀ ਉੱਥੇ ਕਰਦਾ। ਹਾਂ ਭਾਜੀ ਫਿਰ ਉਸ ਤੋਂ ਉੱਥੇ ਅੱਲਾ ਰੱਖੀ ਜਿਵੇਂ ਕੀਤਾ, ਉਹਦਾ ਦੱਸ ਨਾ ਉਹੀ ਫਿਰ ਕਿਹੜਾ ਸਟਾਕ ਮਾਰਕੀਟ, ਸਟਾਕ ਮਾਰਕੀਟ ਫਿਰ ਮੈਂ 19-20 ਕੰਮ ਕਰਕੇ ਐਂਡ ਫਿਰ ਆਪਾਂ ਸਟਾਕ ਮਾਰਕੀਟ 'ਚ ਆ ਗਏ, ਸਟਾਕ ਐਕਸਚੇਂਜ ਉੱਥੇ ਮੈਂ ਲੱਗਾ ਅਸਿਸਟੈਂਟ, ਪਹਿਲੇ ਗਿਆ ਸੀ ਟੀਮ ਬੋਏ ਉਹਨੇ ਮੈਨੂੰ ਤਰੱਕੀ ਦਿੱਤੀ, ਅਕਾਊਂਟੈਂਟ ਕਰਨ ਲੱਗ ਗਿਆ, ਫਿਰ ਮੈਂ ਅਸਿਸਟੈਂਟ ਮੈਨੇਜਰ ਲੱਗਾ, ਮੇਰੇ ਵਿਜ਼ਿਟਰ ਕਾਰਡ ਵੀ ਵਗੈਰਾ ਛਪੇ, ਫਿਰ ਤੂੰ ਉਹਦੇ ਵਿੱਚ ਆਪਣੀ ਇਨਵੈਸਟਮੈਂਟ ਵੀ ਕੀਤੀ ਸਾਰਾ ਮਾਸ਼ਾਅੱਲਾ ਪੂਰੀ ਤਜਰਬੇ ਇਕੱਠੇ ਕਰਕੇ ਫਿਰ ਉੱਥੇ ਗਿਆ ਇੰਸ਼ੋਰੈਂਸ ਲੈ ਕੇ ਸਟੇਟ ਲਾਈਫ ਦੀ ਮੈਟ੍ਰਿਕ ਦੀ ਸਨਦ ਲੈ ਕੇ ਨਾ ਉਸਤਾਦ ਜੀ ਕੱਚ ਦੇ ਵਿੱਚ ਸੁਪਰੀਮ ਕੋਰਟ ਫਿਰ ਅੰਡਿਆ, ਕਹਿੰਦਾ ਮੈਨੂੰ ਕੋਈ ਜੌਬ ਤੇ ਰੱਖ ਲਓ। 25,000 ਰੁਪਏ ਮੈਂ ਇਨਵੈਸਟ ਕੀਤਾ, ਮੈਨੂੰ ਮੰਨ ਕੇ ਮੇਰਾ ਜਿਹੜੇ ਮੇਰੇ ਬੌਸ ਨੇ ਸਟਾਕ ਚੇਂਜ ਆ ਲੈ, ਮੈਂ ਪਹਿਲੇ ਤਾਂ ਜਦੋਂ ਗਿਆ ਨਾ ਦਫ਼ਤਰੇ ਹੁਣ ਮੇਰੇ ਕੋਲ ਨਾ ਲੱਤਾਂ ਲੰਕਾ ਕੇ ਕੁਰਸੀ ਤੇ ਨਹੀਂ ਬਹਿ ਹੁੰਦਾ, ਮੈਂ ਸੋਹਣਾ ਮੈਨੂੰ ਹੁਣ ਕੀ ਪਤਾ ਸੀ ਮੈਂ ਬੋਸ ਜਿਹਾ ਸੂਟ ਚਲੋ ਚਿੱਟੀ ਸਲਵਾਰ ਤੇ ਨਾਲ ਅੰਗੂਠੇ ਵਾਲੀ ਚੱਪਲ ਪਾ ਕੇ ਚੱਲ, ਸਰਵਸ ਦੇ ਬੂਟ ਹੁੰਦੇ ਨਾਲ, ਅੱਛਾ ਉਹ ਉੱਧਰ ਹੁੰਦੇ ਪੁੱਤ ਸਾਡੇ, ਅੱਛਾ ਤੇ ਮੈਂ ਜਾ ਕੇ ਬੈਠਾ ਨਾ ਮੈਨੂੰ ਕੰਫਰਟੇਬਲ ਫੀਲ ਕਰਦਾ, ਮੈਂ ਲੱਤਾਂ ਤਾਂ ਕਰਕੇ ਐਂ ਬਹਿ ਗਏ ਕੁਰਸੀ ਤੇ ਐਂ ਮਾਊਸ ਤੇ ਬੈਠਾ ਦੇਖ ਰਿਹਾ, ਮੇਰਾ ਬੋਸ ਨੇ ਮਾਰਕੀਟ ਦੇਖ ਰਿਹਾ, ਓ ਹੋ ਇਹ ਇੰਡੈਕਸ ਕਿੱਧਰ ਜਾ ਕੇ ਤਿਆਰ ਕੀਤਾ, ਹਰੇ ਸਾਜਿਦ ਇਹ ਕਿਆ ਹੋਇਆ, ਮੈਂ ਕਿਹਾ ਕੀ ਹੋਇਆ,
ਯਾਰ ਖੁਦਾ ਕਾ ਵਾਸਤਾ ਟੰਗ ਨੀਚੇ ਕਰੋ ਯਾਰ, ਕੈਮਰੇ ਲੱਗੇ ਬਹੁਤ ਦੇਖ ਰਹੇ। ਮੈਂ ਕਿਹਾ ਮੈਂ ਕੰਫਰਟੇਬਲ ਫੀਲ ਕਰਦਾ, ਤੂੰ ਬਾਹਰ ਚਲੇ ਜਾਓ ਨਾ ਬੇਟਾ, ਜੀ ਹੋ ਜਾਏਗਾ। ਮੈਂ ਕਿਹਾ ਸਰ ਬੋਸ ਮੇਰੇ ਕੋਲ ਨਹੀਂ ਵਿਆਹ ਜਾਂਦਾ, ਮੈਂ ਕਰ ਕਹਿੰਦੇ ਚਲੋ ਨਹੀਂ ਫੀਲ ਹੋਤਾ। ਮੈਂ ਕਹਿੰਦੇ ਕੱਲ ਸੇ ਨਾ ਬੇਟਾ ਫਿਰ ਉੱਥੇ ਜਵਾਬ ਹੋਇਆ ਮੇਰੇ ਵਾਲੀ ਵੀ ਉਂਗਲਾਂ ਕਰੇ ਉਹਦਾ ਬੁੱਕ ਗਿਆ ਸਟਾਕ ਮਾਰਕੀਟ। ਅੱਛਾ 25,000 ਪਾਇਆ ਤੇ ਕਿੰਨੇ ਕਰੋੜ ਰੁਪਇਆ ਤੈਨੂੰ? ਕਰੋੜ ਰੁਪਇਆ ਕਿੰਨਾ ਕਮਾਇਆ? ਕੱਖ ਵੀ ਨਹੀਂ ਕਮਾਇਆ ਸਰ, ਜਿੱਥੇ ਜੈਸ਼ੀ ਕੀਤੀ ਆ। ਦੋ ਟਾਈਮ ਚਾਹ ਹੁੰਦੀ ਸੀ, ਏਸੀ ਲੱਗਾ ਹੁੰਦਾ ਸੀ, ਆਹ ਇੱਥੇ ਲੱਗਾ। ਨਹੀਂ ਉਹ 25 ਦਾ ਕੀ ਬਣਿਆ? 25 ਅੱਲਾ ਦੇ ਹੁਕਮ ਨਾਲ ਇੰਜ ਮੈਨੂੰ ਮੀਨੇ ਕਹੇ 25 ਪੁੱਤ ਨੂੰ ਦੇਤਾ ਤੇਰੀ ਕਮੇਟੀ ਆ, ਜਮਾ ਪੂੰਜੀ ਦਿੱਤੀ ਆ, ਇਹ ਤੂੰ ਹੁਣ ਕੁਛ ਕਰਕੇ ਦਿਖਾਉਣਾ। ਮੈਨੂੰ 2-4 ਲੱਖ ਰੁਪਇਆ ਦੇ ਤੇਰਾ ਵਿਆਹ ਕਰੀ। ਮੈਂ ਕਿਹਾ ਠੀਕ ਆ ਮੇਰੀ 25 ਦੇ ਕੇ। ਹਾਂ ਉਹ ਤਾਂ ਜਿਹੜੀ ਮੇਰੀ ਤੇ ਤੂੰ 25 ਉਹ ਫਿਰ ਕਿੰਨਾ ਕੀਤਾ ਉਸ 25 ਦਾ? ਉਹ ਅਗਲਾ ਜੁਮਾ ਮੈਂ ਮੈਨੂੰ ਫੋਨ ਕਰਦਾ, ਮੈਂ ਕਿਹਾ ਅੰਮੀ ਜੀ ਮੁਬਾਰਕ ਹੋਵੇ ਸਾਰੇ ਡੁੱਬ ਗਏ। ਹਾਂ ਮੈਂ ਕਿਹਾ ਭਾਈ ਉਹ 25 ਗਿਆ ਵੀ ਕਹਿੰਦੇ ਕੀ ਲਿਆ ਸੀ? ਮੈਂ ਕਿਹਾ ਐਂਗਰੋ ਲਿਆ ਸੀ, ਉਹ ਮਾਸ਼ਾਅੱਲਾ ਫੁੱਲ ਥੱਲੇ ਇਸ ਟਾਈਮ ਐਂਗਰੋ ਸ਼ੇਅਰ ਤੁਸੀਂ ਦਾ ਸਟੇਟ ਲਾਈਨ ਤੇ ਨਹੀਂ ਕੀਤਾ ਤੂੰ ਆਪੀ ਤੇ ਸਰ ਸਟੇਟ ਲਾਈਨ ਜਿਹੜਾ ਦਫ਼ਤਰ ਉੱਥੇ ਹੀ ਆ, ਉਹ ਜਿਹੜਾ ਤਰਪਾਲ ਪਾ ਕੇ ਬੈਠੇ ਆ। ਅੱਛਾ ਜੀ ਬਸ ਇਹਨੇ ਇੱਧਰ ਪੁੱਛੇ ਥੀਏਟਰ ਦਾ ਕੰਮ ਕੀਤਾ ਬਚਪਨ ਦੇ ਸਾਥ ਤੋਂ ਬਾਅਦ ਫਿਰ ਇਹਨੇ ਉਹੀ ਕੀਤਾ ਹੁਣ ਤੱਕ। ਨੇ ਮੈਨੂੰ ਅੱਲਾ ਜੰਦਾ ਹੀ ਕਰਦੇ ਅੱਬੂ ਕਹਿੰਦੇ ਹੁੰਦੇ ਸੀ ਕਿ ਮੈਂ ਕੰਮ ਨਹੀਂ ਕਰਾਉਣਾ ਬੇਟੇ। ਅੱਬੂ ਕਹਿੰਦੇ ਸੀ ਫਲਾਣਾ ਕਹਿੰਦੇ ਸੀ, ਤੂੰ ਤੇ ਵਿੱਚ ਇਤਿਹਾਸ ਪਾਲਣਾ ਮਮਤਾ ਪਾਲਣਾ ਪਿਓ ਦੀ ਰਵਾਉਣ ਵਾਲੇ ਚੱਕਰ ਚ ਨਾ ਰਵਾਉਣ ਵਾਲੇ ਚੱਕਰ ਚ ਨਹੀਂ ਉਸਤਾਦ ਜੀ, ਮੈਂ ਸਿਰਫ ਹੋਣਾ ਅਗਰ ਕੰਮ ਸੀ ਭਾਈ। ਅਸੀਂ ਗਟਰ ਵੀ ਸੁਣਨੇ ਇੱਧਰ, ਖੈਰ ਕੀ ਹੋ ਗਿਆ ਤੈਨੂੰ? ਉਹ ਉਬਲਣ ਡਿਆ ਗਟਰ ਭਾਈ, ਗਟਰ ਸਿਗਟਾਂ, ਅੱਲਾ ਮਾਫੀ ਦੇਵੇ। ਮੈਂ ਕੀਤਾ ਸਿਰਫ ਉਸਤਾਦ ਜੀ ਮੁਸਫਰੀ ਦਾ ਕਿਸੇ ਦਾ ਮੂਹ ਬਣਾਉਣਾ। ਅੱਛਾ ਐ ਮੁਸਫਰ ਮੇਰੇ ਮਹਿਬੂਬ ਕੀ ਤਸਵੀਰ ਬਣਾ ਤਸਵੀਰ ਬਣਾ। ਅੱਛਾ ਭਾਜੀ ਗਟਰ ਤੇ ਖੈਰ ਜੋ ਗਟਰ ਸਿਗਟਾਂ ਤੇ ਕਿਰਲਾ ਮਾਹ ਕਿਰਲਾ ਕਿਰਲਾ ਗੋ ਗੱਡੀ ਕਿਰਲਾ ਤੇ ਉਸ ਤੋਂ ਬਾਅਦ ਜਨਾਬ ਜੀ ਜਿਹੜਾ ਸਕੂਲ ਜਾਂਦਾ ਰਿਹਾ ਕਿੱਥੇ ਜੜਾਂ ਵਾਲੇ, ਉਹ 4 ਕੁ ਦਿਨ 4 ਕੰਮ ਹੋ ਗਏ। ਅਗਲਾ ਮੈਂ ਬਚਪਨ ਚ ਉਸਤਾਦ ਜੀ ਮੇਰੇ ਵਾਲਾ ਸਾਹਿਬ ਨੇ ਸੋਲਰ ਪਲੇਟਾਂ ਦੀ ਦੁਕਾਨ ਪਾ ਇੱਕ ਦੇ ਵਾਲਾ ਸਾਹਿਬ ਦੀ ਆਪਣੀ ਜਾਨ ਛੱਡ ਸੋਲਰ ਪਲੇਟਾਂ। ਹਾਂਜੀ ਉਦੋਂ ਕਿਹੜੀਆਂ ਸੋਲਰ ਪਲੇਟਾਂ ਸੀ ਬੇਟਾ? ਉਹ ਬਾਹਰ ਟੰਗੀਆਂ ਸਾਡੇ ਉਦੋਂ ਸਿਰਫ ਪਲੇਟਾਂ ਨਹੀਂ ਸੀ ਹੁੰਦੀਆਂ ਕੱਲੀਆਂ ਤੁਹਾਡੇ ਕੋਲ। ਹਾਂਜੀ ਸਮਝ ਆ ਰਹੀ ਹੈ ਝੋਲੀ ਚੋਲ। ਅੱਛਾ ਜੀ ਸਭ ਤੋਂ ਪਹਿਲਾਂ ਮੈਂ ਬਚਪਨ ਚ ਜਦੋਂ 10ਵੀਂ 9ਵੀਂ ਕਰਨ ਡਿਆ ਸੀ ਉਦੋਂ ਕੰਮ ਸ਼ੁਰੂ ਕੀਤਾ ਸੀ। ਉਦੋਂ ਮੈਂ ਕਹਿਣ ਨਹੀਂ ਸੀ ਰਿਹਾ ਉਦੋਂ ਦਾ ਹੀ ਇਹ ਆਪਾਂ ਬਚਪਨ ਤੋਂ ਹੀ ਇਹਨੂੰ ਕਬਾਬ ਮਤਲਬ ਕਬਾਬ ਨੀ ਜਿਹੜੇ ਲਾਂਦੇ ਕਬਾਬ ਉਹ ਕੀਤਾ। ਉਹ ਤਾਂ ਆਪਣੀ ਦੁਕਾਨ ਸੀ ਕਿਸੇ ਦੇ ਕੋਲ? ਕਿਸੇ ਦੇ ਕੋਲ ਯਾਨੀ ਟਿੱਕੇ ਕਬਾਬ ਤੇ ਟਿੱਕੇ ਕਬਾਬ। ਓਕੇ ਓਕੇ ਠੀਕ ਹੈ। ਉਸ ਤੋਂ ਬਾਅਦ ਮੰਡੀ ਛਾਪਰ ਵਿੱਚ ਠੀਕ ਹੈ ਤਿੰਨ ਪਿੰਡਾਂ ਵਿੱਚ ਹੀ ਆ ਉਸਤਾਦ ਜੀ। ਅੱਛਾ 4 ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਪਹਿਲਾਂ ਫਿਰ ਤੁਰ ਕੇ? ਹਾਂਜੀ ਫਿਰ ਤੁਰ ਕੇ। ਅੱਛਾ ਤਾਂ ਜੀ ਫਿਰ ਬੂਰਾ ਲਿਆ ਕੇ ਵੇਚ ਦਿੰਦੇ ਸੀ। ਬੂਰਾ ਬੂਰੇ ਵਾਲੀ ਬੋਰੇ ਨਾਲ ਲਿਆ। ਅੱਛਾ 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 ਉਹ ਵੇਚ ਲੈਣੇ। ਫਿਰ ਮੈਂ ਬਾਹਰ ਚਲਾ ਗਿਆ ਬਚਪਨ ਹੀ ਸੀ ਮੈਂ 19 ਪੇ ਉਹ ਚਲਾ। ਠੀਕ ਹੈ ਸਾਊਦੀ ਅਰਬ। ਸਾਊਦੀ ਅਰਬ ਚਲਾ ਗਿਆ ਉੱਥੇ ਫਿਰ ਮੈਂ ਸੇਲਸ ਕੋਆਰਡੀਨੇਸ਼ਨ ਕੀਤੀ, ਜੌਬ ਕੀਤੀ, ਇੱਕ ਸੇਲਸ ਐਗਜ਼ੀਕਟਿਵ ਇੱਕ ਕੰਪਨੀ ਚ ਰਿਹਾ। ਫਿਰ ਮੈਂ ਵਾਪਸ ਆਇਆ ਯਾਰ ਉੱਥੇ ਉਹ ਜਿਹੜੇ ਉਹ ਗਟਰ ਆਰ ਵਜਾਉਣੀ ਸਿੱਖੀ ਉਹ ਸੇਧ ਕਮਿਟੀ ਕਿਹੜੀ ਹੋ ਕੇ ਦਬੜ ਹੁੰਦੀ ਰੇਲ ਚੱਕ ਨੂੰ ਗਟਰ ਆਰ। ਫਿਰ ਪਾਕਿਸਤਾਨ ਆ ਕੇ ਸਾਹ ਜੀ ਫਿਰ ਕਿਉਂਕਿ ਮਿਹਨਤ ਕੀਤੀ ਫਿਰ ਥੋੜੀ ਜਿਹੀ ਫਿਰ ਸਿਮਾਂ ਵਿੱਚ ਤੇ ਸਿਗਟਾਂ ਦਾ ਨਹੀਂ ਦੱਸਿਆ। ਸਿਗਟਾਂ ਦਾ ਦੱਸਣ ਲੱਗਾ ਸੀ
ਸਿਗਰਟ ਸਿਗਰਟ ਉਸਤਾਦ ਜਿਹੜੇ ਉਹ ਮੈਂ ਸਪਲਾਈਰ ਯਾਨੀ ਇਹਦੀਆਂ ਸੇਲਮੈਨ ਹੀ ਯਾਰ ਸੇਲਸਮੈਨ ਹੀ ਕਰਦਾ ਸੀ ਉਹ ਜਿਹੜੀ ਉਹ ਸਾਈਕਲ ਵਾਲਾ ਤਾਂ ਉਹਦੇ ਡੱਬਾ ਬਣਿਆ ਹੁੰਦਾ ਸੀ ਲੇਕਿਨ ਬਾਈਕ ਸੀ ਚਿੰਗ ਚੀ ਅੱਛਾ ਅੱਛਾ ਇੱਕ ਸਾਈਕਲ ਵਾਲਾ ਵੀ ਹੁੰਦਾ ਹਾਂਜੀ ਹਾਂਜੀ ਪੁਰਾਣੇ ਦੌਰ ਚ ਅੱਛਾ ਉਹ ਉਸਤਾਦ ਜੀ ਕੀਤਾ ਫਿਰ ਸਿੰਮਾਂ ਦਾ ਜਦੋਂ ਸਿੰਮਾਂ ਨਵੀਆਂ ਨਵੀਆਂ ਫ੍ਰੀ ਹੋਈਆਂ ਨਾ ਉਹ ਕੀਤਾ ਸੀ ਫਿਰ ਉਸ ਤੋਂ ਬਾਅਦ ਉਸਤਾਦ ਜੀ ਮੈਂ ਇੱਕ ਕੰਪਨੀ ਦੇ ਸਿਕਿਉਰਟੀ ਕੈਮਰੇ ਨਹੀਂ ਹੁੰਦੇ ਸਿਕਿਉਰਟੀ ਕੈਮਰਾਜ਼ ਦਾ ਮੈਂ ਉਹ ਸਿੱਖਦਾ ਰਿਹਾ ਵਾਂ ਤੇ ਫਿਰ ਆ ਟੀਵੀ ਜਦੋਂ ਐਲ ਸੀ ਡੀਆਂ ਜਦੋਂ ਆਈਆਂ ਉਦੋਂ ਐਲ ਸੀ ਡੀ ਵੀ ਸਿੱਖਣ ਲੱਗ ਪਿਆ ਮੇਰੇ ਚਾਚੂ ਨੇ ਛੁਡਾ ਦਿੱਤਾ ਫਿਰ ਮੈਂ ਸਕੂਲ ਚਲਾ ਗਿਆ ਸਕੂਲ ਮੈਂ ਤਕਰੀਬਨ 6 ਮਹੀਨੇ ਕੰਮ ਬੱਚਿਆਂ ਨੂੰ ਪੜਾਇਆ ਸਾਰਾ ਕੰਮ ਅੱਛਾ ਸਕੂਲ ਉੱਥੇ ਹਾਂਜੀ ਹਾਂਜੀ ਜਣਾ ਲੈ ਪੜਾਇਆ ਨਹੀਂ ਬੱਚਿਆਂ ਨੂੰ ਤੂੰ ਉੱਥੇ ਗਿਆ ਸੀ ਉਹ ਗਿਆ ਮੈਂ ਕਲਰਕ ਸੀ ਲੇਕਿਨ ਉੱਥੇ ਉੱਥੇ ਸਕੂਲ ਦੇ ਵਿੱਚ ਟੀਚਰ ਜਿਹੜੇ ਨੇ ਨਾ ਉਹ ਮੇਰੇ ਨਾਲ ਹੀ ਫਿੱਕੇ ਸਨ ਫਿਰ ਕਰੋਨਾ ਆ ਗਿਆ ਉਹਨਾਂ ਨੇ 3 ਮਹੀਨੇ ਤੈਨੂੰ ਕੱਚਿਆਂ 'ਚ ਰੱਖਿਆ ਕਿਉਂਕਿ ਤੈਨੂੰ ਜਾਂਦੇ ਹੀ ਸਮਝ ਗਏ ਸੀ ਉਹਨਾਂ ਨੇ ਕਿਹਾ ਕੱਚਿਆਂ ਵਾਲਾ ਉਹਨਾਂ ਨੇ ਤੈਨੂੰ ਕੱਚਿਆਂ 'ਚ ਰੱਖਿਆ 3 ਮਹੀਨੇ ਤੇਰਾ ਉੱਥੇ ਦਿਲ ਲੱਗ ਗਿਆ ਉਸ ਤੋਂ ਬਾਅਦ ਕਰੋਨਾ ਆ ਗਿਆ ਕਰੋਨਾ ਆ ਗਿਆ ਮੈਂ ਦੱਸਦਾ ਕਰੋਨਾ ਆ ਗਿਆ ਕਰੋਨਾ ਤੋਂ ਬਾਅਦ ਤੂੰ ਸਾਡੇ ਕੋਲ ਆ ਗਿਆ ਫਿਰ ਤੂੰ ਮੈਨੂੰ ਪੁੱਛਿਆ ਉਸਤਾਦ ਜੀ ਮੈਂ ਛੱਡ ਦੇਵਾਂ ਮੈਂ ਕਿਹਾ ਛੱਡ ਦੇ ਫਰੀਦ ਫਿਰ ਉਹ ਤੋਂ ਛੱਡ ਦਿੱਤਾ ਫਿਰ ਫਰੀਦ ਸਾਹਿਬ ਜੀ ਸਾਹਿਬ 20-25,000 ਰੁਪਏ ਮਹੀਨੇ ਦੇ ਆਏ ਸੀ ਮੇਰੇ ਕੋਲ ਪਹਿਲੀ ਵਾਰ ਉਦੋਂ ਮੈਨੂੰ ਵੀ ਕੋਈ 1-1.5-2 ਲੱਖ ਹੀ ਆਉਂਦਾ ਸੀ ਯੂਟਿਊਬ ਤੋਂ ਮੈਨੂੰ ਵਕਤ ਹੀ ਯਾਦ ਉਸਤਾਦ ਜੀ ਨੇ ਕਿਹਾ 11 ਵਜੇ ਸੁਬਹਾ ਦਫ਼ਤਰਾਂ ਹੀ ਉੱਧਰ ਲੈ ਉੱਥੇ ਬੈਠਿਆਂ ਤੇ ਉਸਤਾਦ ਜੀ ਕਹਿੰਦੇ ਯਾਰ ਕੀ ਜ਼ਿੰਦਗੀ ਗਾਂਹ ਕੀ ਕਰੇਗਾ ਹਾਲਾਤ ਦੁਨੀਆ ਇੰਨੀ ਤੇਜ਼ੀ ਨਾਲ ਅੱਗੇ ਜਾਣ ਲਈ ਉਹ ਗੱਲਾਂ ਕਰਕੇ ਮੈਂ ਕਿਹਾ ਉਸਤਾਦ ਜੀ ਨੇ ਮੈਂ ਕਰਨਾ ਮੈਂ ਆਪਣਾ ਸਕੂਲ ਹੀ ਪੜ੍ਹਾਉਣਾ ਉਸਤਾਦ ਜੀ ਕਹਿੰਦੇ ਫਿਰ ਕਰ ਲੈ ਮੈਂ ਘਰ ਜਾ ਕੇ ਸੋਚਿਆ ਮੈਂ ਕਿਹਾ ਯਾਰ ਕੀ ਕਰਾਂ ਘਰ ਜਾ ਕੇ ਨਹੀਂ ਸੋਚਿਆ ਤੈਨੂੰ ਉਹਨਾਂ ਨੇ ਤਨਖਾਹ ਨਹੀਂ ਦਿੱਤੀ 3 ਮਹੀਨੇ ਦੀ ਵਿਹਲਾ ਹੋ ਗਿਆ ਸੀ ਰੋਂਦਾ ਸੀਗਾ ਮੇਰੀ ਵੀ ਸੁਣ ਲਓ ਸਾਡੀ ਯੂਟਿਊਬ ਦੀ ਪਹਿਲੀ ਪੇਮੈਂਟ ਮੈਨੂੰ 15 ਮਹੀਨੇ ਬਾਅਦ ਆਈ 15 ਮਹੀਨੇ ਮੈਂ ਜਿੰਨੀ ਤਨਖਾਹ ਉਧਰੋਂ ਲੈਣਾ ਸੀ ਨਾ 24 ਤੋਂ ਸਾਰੀ ਇਹਨਾਂ ਨੂੰ ਦਿੰਦਾ ਰਿਹਾ ਹਾਂਜੀ ਕੌਣ ਮੈਂ ਕਿਹਨੂੰ ਦਿੱਤੀ ਉਹ ਭਾਈ ਜਾਨ ਯਾਰ ਤਨਖਾਹ ਮਰਾਦ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਤਲਬ ਇਹ ਜਿੰਨਾ ਆਪਣੇ ਖਰਚਾ ਕਰਦਾ ਸੀ ਨਾ ਜਿੰਨਾ ਖਰਚਾ ਕਰਦਾ ਸੀ ਚਲੋ ਤਨਖਾਹ ਨਹੀਂ ਸੀ ਦਿੱਤਾ ਤੁਹਾਨੂੰ ਜਾਣ ਲੱਗਿਆ ਪੈਸੇ ਉਹ ਸਾਰੇ ਮੈਂ ਪੱਲੇ ਦਿੰਦਾ ਰਿਹਾ ਉਹ ਤਾਂ ਯੂਟਿਊਬ ਦੇ ਉੱਤੇ ਆਇਆ ਮੈਨੂੰ 15 ਮਹੀਨੇ ਬਾਅਦ ਆਹੋ ਤੁਸੀਂ ਜਿੰਨੇ ਬੈਠੇ ਸਭ ਤੋਂ ਪੁਰਾਣਾ ਮੈਂ ਹੀ ਹਾਂ ਉਸਤਾਦ ਜੀ ਦੇ ਨਾਲ ਬਿਲੀਵ ਕਰੋ ਅੱਜ ਉਸਤਾਦ ਜੀ ਮੰਨਣ ਨਾ ਮੰਨਣ ਉਸਤਾਦ ਜੀ ਦਾ ਨਾਮ ਮੈਂ ਰੱਖਿਆ ਜਾਨੀ ਇਹ ਮੇਰੇ ਲਈ ਫਖਰ ਦੀ ਗੱਲ ਹੈ ਅਜ਼ਾਜ਼ ਦੀ ਗੱਲ ਹੈ ਆਪਣੇ ਉਸਤਾਦ ਦਾ ਨਾਮ ਉਸਤਾਦ ਜੀ ਮੈਰੀ ਮੈਂ ਉਸਤਾਦ ਜੀ ਕਿਹਨੇ ਕਰਦੇ ਹੋ ਉਹ ਬੰਦੇ ਕਹਿੰਦੇ ਅਸੀਂ ਜਾਨੀ ਰੱਖਿਆ ਦੱਸੋ ਕਿਹਨੇ ਕੌਣ ਕਹਿੰਦਾ ਕੌਣ ਕਹਿੰਦਾ ਕਿਹਨੇ ਗਿਆ ਵਾ ਉਸਤਾਦ ਜੀ ਲਾਹੌਰ ਇੱਕ ਬੰਦਾ ਮਿਲਿਆ ਸੀ ਮੈਂ ਤੁਹਾਨੂੰ ਦੱਸਿਆ ਕਿਸੇ ਨੇ ਰੱਖਿਆ ਮੈਂ ਆਪੀ ਮੈਂ ਦੱਸਦਾ ਮੈਂ ਕਿੱਦਾਂ ਰੱਖਿਆ ਮੈਂ ਬੈਠਾ ਸੀ ਕੋਲ ਤੁਸੀਂ 3 ਨਾਮ ਮੈਨੂੰ ਦੱਸੇ ਸੀਗੇ ਫਲਾਣਾ 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 ਜਾਨੀ ਕੱਥਾ ਲੱਡੂ ਇਸ ਤਰ੍ਹਾਂ 3 ਕੁੱਦਾ ਵੀ ਕਹਿੰਦੇ ਕੁੱਦਾ ਕੁੱਦਾ ਵੀ ਮੁਕਰਨਾ ਨਾ ਮੈਂ ਕਿਹਾ ਉਸਤਾਦ ਜੀ ਜਾਨੀ ਨਾਮ ਬਿਲਕੁਲ ਸਹੀ ਹੈ ਜਿੱਦਾਂ ਅਜ਼ੀਜ਼ੀ ਨੇ ਕੋਈ ਛੋਟਾ ਨਾਮ ਰੱਖਣਾ ਵਾ ਨਾਲ ਸ਼ਾਰਟ ਨਾਮ ਬਿਲਕੁਲ ਕਿ ਜਿਹੜਾ ਨਾ ਮੂੰਹ ਤੇ ਚੜੇ ਤੇ ਮੈਂ ਉਹ ਰੱਖਿਆ ਯਾਨੀ ਅੱਛਾ ਮੈਂ ਤੈਨੂੰ ਕਹਿੰਦਾ ਯਾਰ ਮੈਂ ਜਾਨੀ ਨਾ ਰੱਖ ਲਵਾਂ ਜਾਂ ਜਾਨੀ ਯਾਨੀ ਆਮਦ ਜਾਨੀ ਦੀ ਮੈਨੂੰ ਹੋਈ ਤੂੰ ਕਵੇ ਰੱਖ ਲਾ ਤੇ ਨਾਂ ਕਿਹਨੇ ਰੱਖਿਆ ਹੋਇਆ ਤੁਸੀਂ ਸੋਚਿਆ ਕਿਹਨੇ ਤੁਸੀਂ ਤੇ ਫਿਰ ਤੁਸੀਂ 5 ਨਾਮ ਲਏ ਸੀਗੇ ਜਾਨੀ ਨਾਮ ਸੋਚ ਤੈਨੂੰ ਕਿਹਨੇ ਕਿਹਾ ਕਿ ਮੈਂ ਜਾਨੀ ਰੱਖ ਲਵਾਂ ਗੱਲ ਮੁੱਕੀ ਤੁਸੀਂ ਕਿਹਾ ਫਿਰ ਤੂੰ ਹੀ ਰੱਖਿਆ ਬਾਕੀ 4 ਕਿਹੜੇ ਸੀਗੇ
ਜਾਨੀ ਕੱਟ ਕੇ ਸ਼ੌਕਾ ਰੱਖ ਲਈਏ ਤੇ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਸੀ ਮੈਂ ਕਹਿੰਦੀ ਜਾਨੀ ਨਹੀਂ ਨਹੀਂ ਤੂੰ ਕਿਹਾ ਸੀ ਰੱਖ ਲਓ ਮੈਂ ਫਿਰ ਉਹ ਵੀ ਕਰ ਲਾਂਗਾ ਮੇਰੇ ਸ਼ੌਕੇ ਦਾ ਨਹੀਂ ਇਤਬਾਰ ਮੇਰਾ ਟੀ ਟਾਈਮ ਵੇਖ ਲਾ ਜਿੱਦਣ ਯੂਟਿਊਬ ਤੁਸੀਂ ਚੈਨਲ ਬਣਾਉਣਾ ਸੀ ਨਾ ਉਦਣ ਮੈਨੂੰ ਤੁਸੀਂ ਗੱਡੀ 'ਚ ਬਿਠਾ ਕੇ ਤੁਸੀਂ ਕਹਿੰਦੇ ਫ੍ਰੀ ਦਾ ਵੇਖ ਇਹ ਯੂਟਿਊਬ ਦਾ ਸਿਸਟਮ ਆ ਤੇ ਇੱਦਾਂ ਪੈਸੇ ਆਉਂਦੇ ਜੇ ਇਹ ਪਹਿਲੀ ਵਾਰੀ ਮੈਂ ਵੱਟ ਵੱਟੀ ਫਿਲਮ ਬਣਾਈ ਉਹ ਵੀ 2.5 ਲੱਖ ਬੰਦੇ ਨੇ ਕਿਹਾ ਜੀ ਅਸੀਂ ਬਣਾਈ ਹੈ ਪਰ ਜਿਹੜਾ ਕੰਮ ਕੀਤਾ ਸਾਰਿਆਂ ਨੇ ਕਿਹਾ ਜੀ ਸਾਡਾ ਜੇ ਮੈਨੂੰ ਕੋਈ ਪੈਸੇ ਆ ਗਏ ਤੇ ਉਹਨਾਂ ਨੇ ਕਿਹਾ ਜੀ ਸਾਡੀ ਕਿਸਮਤ ਨੂੰ ਆ ਲਏ ਇਸ਼ਾਰੇ ਜੇ ਮੈਂ ਮਿਹਨਤ ਕੀਤੀ ਯਾਨੀ ਮੈਂ ਕੁਛ ਵੀ ਨਹੀਂ ਕੀਤਾ ਮੈਂ ਹੁਣ ਟੀ ਟਾਈਮ ਕਰਦਾ ਵਾਂ ਤੇ ਉਹ ਜੀ ਜੇ ਬਾਸ ਨਾ ਹੋਵੇ ਤੇ ਅਸੀਂ ਟੀ ਟਾਈਮ ਨਹੀਂ ਵੇਖਣਾ ਫੈਨਸ ਨਾ ਹੋਵੇ ਤੇ ਫਰੀਜ਼ ਨਾ ਹੋਵੇ ਤੇ ਯਾਨੀ ਮੈਂ ਕੁਛ ਵੀ ਨਹੀਂ ਮੈਂ ਕੱਖ ਵੀ ਨਹੀਂ ਜਿਹੜਾ ਬੰਦਾ ਅੱਗੇ ਲੱਗਦਾ ਨਾ ਉਹਨੂੰ ਪਿੱਛੇ ਨੀ ਪਾਈਦਾ ਆ ਵੇ ਫੈਕਟਰੀਆਂ ਦੇ ਵਿੱਚ ਧੱਕੇ ਖਾਂਦਾ ਉਹ ਦੇਖ ਮੋਬਾਈਲਾਂ ਦੀ ਛਿਮਾਂ ਦੀ ਕੇਸ਼ਕ ਪਾਈ ਹੈ ਤੂੰ ਤੈਨੂੰ ਤੇਰੀ ਬੁੱਢੀ ਦੀ ਕਸਮ ਹੀ ਕਿਉਂਕਿ ਮਾਂ ਦੀ ਤੂੰ ਝੂਠੀ ਖਾ ਲੈਣਾ ਤੈਨੂੰ ਤੇਰੀ ਬੇਗਮ ਦੀ ਕਸਮ ਹੀ ਰੋਜ਼ ਰਾਤ ਨੂੰ ਪੀਜ਼ੇ ਡਿਲੀਵਰੀ ਦੇ ਮਹੀਨੇ ਦੇ ਕਿੰਨੇ ਪੈ ਮਿਲਦੇ ਸੀ ਮਹੀਨੇ ਦੇ ਕਿੰਨੇ ਪੈ ਮਿਲਦੇ ਸੀ 7000 ਰੁਪਏ ਸੱਤ ਬੜਾ ਕੰਮ ਆ 7000 ਔਰ 30 ਦਿਨ ਪੀਜ਼ੇ ਡਿਲੀਵਰ ਕਰਨੇ ਆ ਔਰ ਕਨਫਰਮ ਮਹੀਨੇ ਦੇ ਵਿੱਚ ਇੱਕ ਐਸਾ ਗਾਹਕ ਆਉਂਦਾ ਸੀ ਜਿਹੜਾ ਗਨ ਪੁਆਇੰਟ ਦੇ ਸਾਰੇ ਪੈਸੇ ਖੋਲ ਲੈਂਦਾ ਪੀਜ਼ਾ ਮੰਗਾਉਣ ਦੇ ਚੱਕਰ ਦੱਸੋ ਮੈਨੂੰ 7000 ਮਹੀਨਾ ਆ 20000 18000 ਮਹੀਨਾ ਨਹੀਂ 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 ਬਗੈਰ ਬੇਚਦਾ ਰਿਹਾ ਭਰ ਕੇ ਗੰਦੇ ਨਾਲੇ ਦੇ ਉੱਤੇ ਬੇਚਾਰੇ 40-40 ਹਜ਼ਾਰ ਤੇ ਹਾਂਜੀ ਸਮਝ ਆਈ ਮੈਂ ਇੱਥੋਂ ਪੌਣੇ 2 ਕਰੋੜ ਉਹ ਕੀ ਆ ਕੀ ਉਹ ਫੋਰਮੈਨ ਆ ਹਾਂਜੀ ਤੇ ਤੂੰ ਜ਼ਿਆਦਾ ਲੈ ਰਿਹਾ ਤਨਖਾਹ ਹਾਂਜੀ ਅਲਹਮਦੁਲਿਲਾ ਜੀ ਆ ਫੋਰਮੈਨ ਆ ਤੇ ਸਿੰਗਲ ਮੈਨ ਦੇ ਬਰਾਬਰ ਨਹੀਂ ਹੈਗਾ ਤਾਂ ਜੀ 4 ਬੰਦਿਆਂ ਦਾ ਦੇਹ ਜਿਹੜਾ ਰੱਖਦਾ ਉਹਨੂੰ ਫੋਰਮੈਨ ਕਹਿੰਦੇ ਤੁਹਾਨੂੰ ਮੈਂ ਵਾਰ ਵਾਰ ਗਈ ਆ ਓ ਕੀ ਹੋ ਗਿਆ ਇਹਦਾ ਮਤਲਬ ਬਾਂਦਰ 2 ਮੈਨ ਆ ਫਿਰ ਉਹਦੇ 2 ਦਿਮਾਗ ਹੁੰਦੇ ਲਓ ਜੀ ਸਾਲ ਮੈਨੂੰ 2 ਲੂਮਾਂ ਲੈ ਜਾਵੇ 16 ਟੀਟੋ ਲੈ ਮੈਂ ਸਾਲ ਨੂੰ 12 ਲੂਮਾਂ ਕਰਕੇ ਦਾਂਗਾ ਉਹਦੇ 'ਚ
ਦੋ ਰੂਮਾਂ ਕੱਟ ਕੇ ਛੋਟੀਆਂ ਛੋਟੀਆਂ ਯਕੀਨ ਕਰੋ ਨਹੀਂ ਜਿੱਥੇ ਪਹਿਲੇ ਦਸ ਪਈਆਂ ਉਹਦੇ ਨਾਲ ਜਦੋਂ ਕੋਈ ਕੰਮ ਨਹੀਂ ਨਾ ਚੱਲਣਾ ਇਹਨੇ ਦੋ ਦੇ ਨਾਲ ਰੱਖ ਕੇ ਸਾਜੀ ਬਾਰਾਂ ਹੋ ਗਈਆਂ ਦੋ ਲੂਮਾਂ ਤੇ ਕਿੰਨਾ ਕੱਪੜਾ ਬਣਾਏਗਾ ਤੂੰ ਰੋਜ਼ ਦਾ? ਸਤਾਰ ਜੀ ਆਰ ਪੀ ਐਮ ਦਾ ਹੁੰਦਾ ਹਿਸਾਬ, ਉਹਦੇ 200 ਆਰ ਪੀ ਐਮ ਵੀ ਹੋਏ 24 ਘੰਟਿਆਂ ਦਾ ਹਿਸਾਬ ਲਾ ਲਓ ਪੱਠਿਆਂ ਦਾ ਯਾਨੀ 150 ਮੀਟਰ ਦੋ ਬਾਰ ਹੁੰਦਾ ਕਿੱਥੋਂ ਲੈਣਾ ਵੇਚਣਾ ਕਿੱਥੇ ਤਫਾ ਕਿੰਨੇ ਮਾਰਿਆ ਚੁੰਡੀ ਕਿੰਨੇ ਵੱਡੀ ਸਤਾਰ ਜੀ ਮੇਰੀ ਜ਼ਿੰਮੇਦਾਰੀ ਛੋਟੀ ਕੁਆਲਟੀ ਬਣਾਈ ਜਾਓ ਛੋਟੀ ਬਣਾਈ ਮੈਂ ਵੀ ਵੇਚ ਸਕਦਾ ਮੈਨੂੰ ਪਤਾ ਵਾ ਮੈਂ ਮਸ਼ੀਨ ਕੋ ਡੰਗਿਆ ਜਿਹੜਾ ਲੂਮਾ ਕੋ ਵੀ ਨੀ ਡੰਗਦਾ ਚਲੋ ਠੀਕ ਹੋ ਗਿਆ ਮਸ਼ੀਨ ਇੱਥੇ 10,000 ਦੀ ਮਸ਼ੀਨ ਹੈ ਇੱਧਰ ਕੁੱਤਾ ਹੁਣ ਤੂੰ ਲੂਮਾ ਵੱਡੀ ਗੇਮ ਪਾ ਰਿਹਾ ਲੱਖਾਂ ਜਾ ਗਿਆ ਤੂੰ ਹਿਸਾਬ ਲਾ ਰਿਹਾ ਵੀ ਸਤਾਰ ਜਿਹੜਾ ਇਹਨੂੰ ਜਿੱਦਾਂ ਮਰਜ਼ੀ ਕਰ 257 ਮੀਟਰ ਸੋਲਾਂ ਤੋਂ 26 ਤੱਕ ਮੈਂ ਤੁਹਾਡੇ ਕੋਲ ਨਹੀਂ ਹੈਗਾ ਮੈਂ ਫੇਰ ਤੁਹਾਨੂੰ ਕਹਿਣ ਡਿਆ 16 ਤੋਂ 26 ਤੱਕ ਆਹੋ ਚਲੋ ਠੀਕ 10 ਛੁੱਟੀਆਂ ਕਿੱਥੇ ਜਾਣਾ ਉਸਤਾਦ ਜੀ ਮੋਰੋਕੋ ਅੱਛਾ ਚਲੋ ਠੀਕ 3 ਦਿਨ ਮੈਂ ਦੁਬਈ ਹਾਂ ਉਸ ਤੋਂ ਬਾਅਦ ਅੱਗੋਂ ਮੈਂ ਮੋਰੋਕੋ ਚਲੋ ਅੱਲਾ ਖੈਰ ਠੀਕ ਹੈ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਕੈਨੇਡਾ ਠੀਕ ਹੈ ਫਿਰ ਕੈਨੇਡਾ ਤੋਂ ਆ ਗਏ ਫਿਰ ਸਾਰੀ ਟੀਮ ਇੰਡੀਆ ਤੁਹਾਡੇ ਨਾਲ ਵਾਦਾ ਕਮਿਟ ਜ਼ੁਬਾਨ ਕੀਤੀ ਜ਼ੁਬਾਨ ਦਾ ਪੱਕਾ ਮਿਰਜ਼ਾ ਮੁਗਲ ਚਲੋ ਜੀ ਲਓ ਜੀ ਨਾਦਰੀਨ ਆਪਣਾ ਖਿਆਲ ਰੱਖੋ ਕੱਲ੍ਹ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਆਹੋ ਠੀਕ ਹੈ ਜੀ ਤੇ ਪੈਸੇ ਪੂਰੇ ਲੈਵਲ ਹੈਗੇ ਨੇ ਤੁਹਾਡੇ ਬਾਰੇ ਅੱਲਾ ਖੈਰ ਕਰੇ ਅੱਲਾ ਖੈਰ ਕਰੇ 10,000 ਰੁਪਇਆ ਕੁੱਤੇ ਵਾਲਾ ਜਿਹੜਾ ਕੁੱਤੇ ਵਾਲਾ ਛੁੱਤੇ ਵਾਲਾ ਨਾ ਉਸਤਾਦ ਜੀ ਗੱਲ ਕਰਿਆ ਕਰੋ ਗੱਲ ਮੁੱਕ ਜੋ ਗਈ ਹੈ ਫਿਰ ਤੁਸੀਂ ਕੁੱਤਾ ਵਿੱਚ ਪਾ ਲਿਆ ਆਪਣਾ ਖਿਆਲ ਰੱਖੋ ਅੱਛਾ ਆਪਣਾ ਖਿਆਲ ਰੱਖੋ ਖੁਦਾ ਦਾ ਨਹੀਂ ਲੈਣਾ 10,000 ਰੁਪਇਆ ਨਹੀਂ ਦੇਣਾ ਅੱਜ ਨਹੀਂ ਲੈਣਾ ਕੱਲ੍ਹ ਸਹੀ ਕੱਲ੍ਹ ਸਹੀ ਪਰਸੋਂ ਹਾਂ ਓਕੇ ਉਹ 1,000 ਰੁਪਇਆ ਤੇ ਦਊ ਨਾ ਉਹਦਾ ਕੱਲ੍ਹ ਉਹ ਤੁਸੀਂ 3 ਹੋਰ ਦੇਣਾ ਮਸ਼ੀਨ ਦਾ ਸੌਦਾ ਹੋਇਆ ਸਾਰਿਆਂ ਦਾ ਪ੍ਰੋਗਰਾਮ ਜੋ ਸਾਜੀ ਕੀਤਾ ਹੈਗਾ ਤੁਸੀਂ ਤਾਂ ਹੋ ਗਿਆ ਬਾਂਡੇ ਹੋ ਤੁਸੀਂ ਚਲੋ ਜੀ ਭਾਜੀ ਆਇਆ ਉਹ ਜਾਨੂ ਥੱਲੇ ਦੱਸ ਦੇਣਾ ਜ਼ਰਾ ਠੀਕ ਆ ਅਗਰ ਤੁਸੀਂ ਕਹਿ ਦਿਓ ਕਿ ਨਹੀਂ ਜੀ ਉਹ ਪ੍ਰੋਗਰਾਮ ਸੀ ਸ਼ੁਗਲ ਸੀ ਦੇ ਦਿਓ 1,000 ਵਾਪਸ ਮੈਂ ਤੈਨੂੰ 1,000 ਦੇ ਨਾਲ 1,000 ਹੋਰ ਪਾ ਕੇ ਇਹ ਕਹਿ ਦੇਣ ਥੱਲੇ ਕੈਮਰਾ ਤੇ ਬੰਦ ਹੋ ਲੈਣ ਦਿਆ ਕਰੋ ਠੀਕ ਹੈ ਡਨ ਤੇ ਜੇ ਤੁਸੀਂ ਕਹਿ ਦਿਓ ਕਿ ਨਹੀਂ ਬਣਦੀ ਸੀ ਗੱਲ ਤੇ ਭਾਵੇਂ ਫਿਰ 3,000 ਰੁਪਇਆ ਨੇ ਦੇਣਾ ਪੂਰਾ ਦੇ ਦਿਓ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਲਵ ਯੂ ਕੱਲ੍ਹ ਫਿਰ ਮੁਲਾਕਾਤ ਹੋਏਗੀ